ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ ਅੱਜ ਦਾ ਮੁੱਦਾ। ਮੈਂ ਤੁਹਾਡੀ ਹੋਸਟ ਆਸ਼ਮਿਤਾ। ਜਦੋਂ ਵੀ ਮੈਂ ਤੁਹਾਡੇ ਨਾਲ ਇਸ ਮੰਚ 'ਤੇ ਬਹਿੰਦੀ ਹਾਂ, ਗੱਲ ਹੁੰਦੀ ਹੈ ਅਮੈਰੀਕਨ ਪੋਲੀਟਿਕਸ ਦੀ। ਅਤੇ ਜਦੋਂ ਅਮੈਰੀਕਨ ਪੋਲੀਟਿਕਸ ਦੀ ਗੱਲ ਆਉਂਦੀ ਹੈ, ਇਸ ਦੇਸ਼ ਵਿੱਚ ਇੱਕ ਬਹੁਤ ਹੀ ਮਸ਼ਹੂਰ ਕਹਾਵਤ ਹੈਗੀ, ਆਲ ਪੋਲੀਟਿਕਸ ਇਜ਼ ਲੋਕਲ। ਲੋਕਲ ਪੋਲੀਟਿਕਸ ਦੀ ਗੱਲ ਕਰਨ ਆਏ ਹਾਂ ਅੱਜ ਆਪਾਂ ਯੂਬਾ ਸਿਟੀ, ਸਟਰ ਕਾਊਂਟੀ ਵਿੱਚ, ਕੈਲੀਫੋਰਨੀਆ ਦੇ ਨੌਰਦਰਨ ਹਿੱਸੇ ਵਿੱਚ। ਅਤੇ ਇੱਥੇ ਇਲੈਕਸ਼ਨਸ ਜਾਰੀ ਹਨ ਸੁਪਰਵਾਈਜ਼ਰ ਦੀ ਸੀਟ ਲਈ। ਅਤੇ ਉਹਨਾਂ ਇਲੈਕਸ਼ਨਾਂ ਵਿੱਚ ਇੱਕ ਕੈਂਡੀਡੇਟ ਡਿਸਟ੍ਰਿਕਟ 5 ਵਿੱਚ ਸਾਡੀ ਆਪਣੀ ਕਮਿਊਨਿਟੀ ਤੋਂ ਖੜ੍ਹੇ ਹੋਏ ਹਨ, ਮਿਸਟਰ ਸਰਬ ਤਿਆਰਾ। ਸਰਬ ਤਿਆਰਾ ਜੀ ਨਾਲ ਗੱਲ ਕਰਦੇ ਹਾਂ ਇਸ ਇਲੈਕਸ਼ਨ ਬਾਰੇ ਅਤੇ ਕਿਉਂ ਉਹਨਾਂ ਨੂੰ ਸਾਡੀ ਕਮਿਊਨਿਟੀ ਦੀ ਇਸ ਏਰੀਆ ਵਿੱਚ ਅੱਜ ਸਪੋਰਟ ਦੀ ਲੋੜ ਹੈ। ਸਰਬ ਤਿਆਰ ਜੀ, ਤੁਹਾਡਾ ਵੈਲਕਮ ਪ੍ਰੋਗਰਾਮ ਵਿੱਚ। ਵੈਲਕਮ ਜਸ ਟੀਵੀ ਦਾ। ਸਾਡੀ ਪੰਜਾਬੀ ਕਮਿਊਨਿਟੀ ਨੂੰ 100 ਨਹੀਂ 110% ਇਸ ਸਪੋਰਟ ਦੀ ਲੋੜ ਆ, ਬਿਕਾਜ਼ ਆਪਣੇ ਕਮਿਊਨਿਟੀ ਦੇ ਵਿੱਚ ਇੰਨੇ ਆਪਣੇ ਸਾਰੇ ਬਿਜ਼ਨਸ ਪੀਪਲ ਆ, ਕੋਈ ਜਿਹੜੀ ਵਰਕਿੰਗ ਫੈਮਿਲੀ ਵੀ ਹੈਗੀਆਂ, ਉਹਨਾਂ ਦੇ ਕੋਲ ਸਾਰਿਆਂ ਕੋਲ ਰਾਈਟਸ ਆ। ਇਹ ਮੈਂ ਚਾਹੁੰਦਾ ਵੀ ਜਾ ਕੇ ਜਿਹੜੇ ਰਾਈਟਸ ਹੈਗੇ ਨਾ ਉਹਨਾਂ ਨੂੰ ਮਾਰਚ 3 ਤਰੀਕ ਨੂੰ ਜਾ ਕੇ ਆਪਣੀ ਬੈਲਟ ਕੈਸ ਕਰੋ ਤਾਂ ਆਪਣਾ ਸੁਪਰਵਾਈਜ਼ਰ ਬਣਾਓ ਜਿਹਦੇ ਨਾਲ ਆਪਾਂ ਗਾਹਾਂ ਤਰੱਕੀ ਕਰ ਸਕਦੇ ਹਾਂ। ਤਿਆਰਾ ਜੀ, ਜੋ ਸਾਡੀ ਆਡੀਅੰਸ ਇਸ ਵੇਲੇ ਇਸ ਕਾਊਂਟੀ ਵਿੱਚ, ਸਟਰ ਕਾਊਂਟੀ ਯੂਬਾ ਸਿਟੀ ਵਿੱਚ ਮੌਜੂਦ ਹਨ, ਸਾਨੂੰ ਵੇਖ ਰਹੇ ਹੈ, ਸਾਡੀ ਲਾਈਵ ਆਡੀਅੰਸ ਵੀ ਸਾਡੇ ਨਾਲ ਜੁੜੀ ਹੋਈ ਹੈ, ਤੁਹਾਡਾ ਫੰਡਰੇਜ਼ਰ ਇੱਥੇ ਚੱਲ ਰਿਹਾ, ਕਾਫੀ ਵੱਡੀ ਆਡੀਅੰਸ ਸਾਡੇ ਨਾਲ ਇੱਥੇ ਜੁੜੀ ਹੋਈ ਹੈ। ਇਹਨਾਂ ਨੂੰ ਸਭ ਤੋਂ ਪਹਿਲੇ ਦੱਸੋ, ਜੋ ਸੁਪਰਵਾਈਜ਼ਰ ਦੀ ਸੀਟ ਹੈਗੀ ਉਹ ਕੀ ਕਰ ਸਕਦੀ ਹੈ ਲੋਕਲ ਕਮਿਊਨਿਟੀ ਲਈ? ਜਿਹੜੀ ਸੁਪਰਵਾਈਜ਼ਰ ਦੀ ਸੀਟ ਆਪਣੀ ਡਿਸਟ੍ਰਿਕਟ 5 ਦੇ ਵਿੱਚ ਹੈਗੀ ਆ, ਕਿਸੇ ਕੋਲ ਵੀ ਕੋਈ ਬਿਜ਼ਨਸ ਹੈਗੀ ਆ, ਕੋਈ ਤੀਰ 'ਚ ਉਹ ਬਿਜ਼ਨਸ ਲਈ ਉਹਨੇ ਬਿਜ਼ਨਸ ਬਣਾਉਣੀ ਆ, ਕੋਈ ਬਣ ਨਹੀਂ ਸਕਦੀ, ਉਹ ਬਹਿ ਕੇ ਸੁਪਰਵਾਈਜ਼ਰ ਨਾਲ ਗੱਲ ਕਰ ਸਕਦੇ ਆ ਅਤੇ ਕਿਸੇ ਤਰੀਕੇ ਨਾਲ ਉਹ ਬਣ ਸਕਦੀ ਆ। ਕੋਈ ਆਪਣੀ ਰੋਡਸ ਪ੍ਰੋਬਲਮ ਹੈਗੀ ਆ, ਉਹ ਜਾ ਕੇ ਦੱਸ ਸਕਦੇ ਆ ਸਾਨੂੰ ਰੋਡਸ ਟੁੱਟਣੀਆਂ, ਆਪਣੇ ਨਿਆਣੇ ਛੱਡਣ ਜਾਂਦੇ ਸਕੂਲੇ, ਲੋਕਾਂ ਦੀਆਂ ਨਵੀਆਂ ਗੱਡੀਆਂ ਟੁੱਟਦੀਆਂ, ਰੋਡਾਂ ਖਰਾਬ ਆ, ਉਹ ਮੈਸੇਜ ਦੇ ਉਹ ਬਣਾ ਸਕਦੇ। ਇਸ ਵੇਲੇ ਜੀ ਸਾਰਿਆਂ ਤੋਂ ਬੜੀ ਪ੍ਰੋਬਲਮ ਇਸ ਵੇਲੇ ਯੂਬਾ ਸਿਟੀ ਦੇ ਵਿੱਚ ਹੈਗੀ ਆ, ਤੁਹਾਨੂੰ ਇਕੱਲੇ ਕੈਲੀਫੋਰਨੀਆ ਦੇ ਵਿੱਚ ਸਾਰੀ ਜਿਹੜੀ ਹੈਗੀ ਆ ਹੋਮਲੈਸ ਦੀ, ਉਹ ਬਹੁਤ ਬੜਾ ਇਸ਼ੂ ਹੋ ਗਿਆ। ਜਿਹੜੇ ਆਪਣੇ ਪਿੰਡਾਂ, ਜਿੱਦਾਂ ਹੁਣ ਮੈਂ ਪੰਜਾਬੀ 'ਚ ਕਹਿੰਦਾ ਜਲੰਧਰ ਬਣਾਤਾ ਨਹੀਂ ਇੱਥੇ, ਸੋ ਇਸ ਸਿਚੁਏਸ਼ਨ ਦਾ ਯੂਬਾ ਸਿਟੀ ਦੇ ਵਿੱਚ ਅਸੀਂ ਇੱਥੇ 1972 ਦੇ ਵਿੱਚ ਆਏ ਹਾਂ। ਇਹ ਕਦੀ ਇੱਦਾਂ ਨਹੀਂ ਹੁੰਦਾ ਸੀਗਾ, ਆਪਣੇ ਭਾਵੇਂ ਘਰਾਂ ਦੇ ਦਰਵਾਜ਼ੇ ਤੁਸੀਂ ਖੁੱਲ੍ਹੇ ਛੱਡ ਦਿਓ, ਰਾਈਟ ਨਾਓ ਤੁਸੀਂ ਉਹ ਨਹੀਂ ਕਰ ਸਕਦੇ, ਬਿਕਾਜ਼ ਜਿੰਨੇ ਲੋਕ ਹੋਮਲੈਸ ਹੈਗੇ ਨਾ ਉਹ ਰਾਤ ਨੂੰ ਤੁਰੇ ਫਿਰਦੇ ਆ, ਬਿਕਾਜ਼ ਉਹ ਡਰੱਗੀ ਆ ਕੁਛ ਆ, ਉਹਨਾਂ ਦਾ ਕੋਈ ਸਿਸਟਮ ਨਹੀਂ ਬਣਾ ਹੋ ਰਿਹਾ। ਸੋ ਸਾਡੀ ਕੋਸ਼ਿਸ਼ ਇਹ ਹੈਗੀ ਆ ਜੇ ਆਪਾਂ 5 ਮਾਰਚ 3 ਨੂੰ ਇਲੈਕਸ਼ਨ ਪਹਿਲੀ ਸਾਡਾ ਜਿਹੜਾ ਹੈਗਾ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਉਹ ਸਲਿਊਸ਼ਨ ਬਣਾਇਆ ਜਾਵੇ। ਸਲਿਊਸ਼ਨ ਹੈਗਾ ਆ, ਹੋਰ ਕਾਊਂਟੀਆਂ 'ਚ ਬਣ ਲੱਗਾ, ਸਾਡੇ ਇੱਥੇ ਨਹੀਂ ਬਣ ਰਿਹਾ, ਬਿਕਾਜ਼ ਇਹਨਾਂ ਦੇ ਜਿਹੜੇ ਲਾਅ ਸੀਗੇ ਉਹ ਨਹੀਂ ਇੰਪਲੀਮੈਂਟ ਹੁੰਦੇ। ਇਸ ਵੇਲੇ ਕੋਰਟ ਸਿਸਟਮ ਦੇ ਵਿੱਚ ਉਹ ਲਾਅ ਬਣ ਰਹੇ ਆ ਜਿਹਦੇ ਨਾਲ ਤੁਸੀਂ ਇਹਨੂੰ ਹੈਂਡਲ ਕਰ ਸਕਦੇ। ਸੋ ਇਹ ਮੇਰੇ ਹਿਸਾਬ ਦੇ ਨਾਲ ਤਾਂ ਸਾਰਿਆਂ ਤੋਂ ਬੜਾ ਇਸ਼ੂ ਹੈਗਾ ਇਹ ਇਸ ਵੇਲੇ ਸਟਰ ਕਾਊਂਟੀ ਦੇ ਵਿੱਚ, ਨਹੀਂ ਸਾਰੇ ਕੈਲੀਫੋਰਨੀਆ ਦੇ ਵਿੱਚ। ਸੋ ਉਹਦੇ ਬਾਰੇ ਇਹ ਗੱਲਬਾਤ ਆਪਣੀ ਆਲਰੇਡੀ ਫਿਸ਼ਸ ਨਾਲ ਚੱਲਦੀ ਆ, ਸੋ ਉਹ ਲੱਗੇ ਹੋ ਵੀ ਹੈਗੇ ਆ, ਪਰ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੁਸੀਂ ਜਿੱਦਾਂ ਕਿੱਦਾਂ ਕਹਿੰਦੇ ਘੁੱਟ ਕੇ ਜੱਫੀ ਪਾ ਕੇ ਇਹਨਾਂ ਨੂੰ ਪਿਆਰ ਕਰਕੇ ਇਹਨਾਂ ਨੂੰ ਬੰਦਿਆਂ ਨੂੰ ਕੱਢਣਾ ਪੈਣਾ ਇਸ ਪ੍ਰੋਬਲਮ ਦੇ ਵਿੱਚੋਂ, ਬਿਕਾਜ਼ ਇਹਦੇ ਵਿੱਚ ਚਾਰ ਪੰਜ ਤਰ੍ਹਾਂ ਦੇ ਹੈਗੇ ਆ। ਕਈ ਤਾਂ ਇੰਨੇ ਲੋਕ ਉਹਦੇ ਵਿੱਚ ਇੱਦਾਂ ਦੇ ਹੈਗੇ ਆ ਜਿਹਨੇ ਜੋਬਸ ਟੁੱਟ ਗਈਆਂ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਨ। ਕਈ ਵਿੱਚ ਐਨ ਜਿਹਨੇ ਮੈਂਟਲ ਆ ਉਹ ਆ, ਕਈ ਐਨ ਡਰੱਗੀ ਆ, ਕਈ ਇਸ ਸਿੰਪਲ ਪੀਪਲ ਦੇ ਜਿਸ ਲਾਸਟ। ਸੋ ਉਹਨਾਂ ਨੂੰ ਡਿਫਰੈਂਟ ਥਾਂ ਦੇ ਵਿੱਚ ਇਹਨਾਂ ਨੂੰ ਕਰਨਾ ਪੈਣਾ, ਬਿਕਾਜ਼ ਇਸ ਤੋਂ ਜਿਹੜੇ ਸੋਸ਼ਲ ਵਰਕਰਸ ਆ ਨਾ ਉਹ ਜਾ ਕੇ ਉਹਨਾਂ ਦੀ ਹੈਲਪ ਕਰਦੇ ਆ, ਉਹ ਇੱਕ ਦਿਨ ਠੀਕ ਕਰਦੇ ਆ। ਇਟਸ ਅ ਸਾਈਕਲ, ਉਹ ਸਾਈਕਲ ਬ੍ਰੇਕ ਨਹੀਂ ਹੋ ਰਿਹਾ। ਬਟ ਹੋਮਲੈਸਨੈਸ ਨੂੰ ਛੱਡ ਕੇ ਤੁਹਾਡੇ ਪਲੈਟਫਾਰਮ ਵਿੱਚ ਹੋਰ 2-3 ਇਸ਼ੂਜ਼ ਹਨ ਜੋ ਸਾਡੀ ਕਮਿਊਨਿਟੀ ਲਈ ਸਪੈਸੀਫਿਕਲੀ ਬਹੁਤ ਅਹਿਮੀਅਤ ਰੱਖਦੇ ਆ। ਉਹ ਹੈਗੀ ਤੁਹਾਡੀ ਫਾਰਮਿੰਗ ਦੀ ਬੈਕਗਰਾਊਂਡ। ਸਾਨੂੰ ਪਹਿਲੇ ਉਸ ਇਸ਼ੂ ਤੋਂ ਪਹਿਲੇ ਦੱਸੋ, ਤੁਹਾਡੀ ਬੈਕਗਰਾਊਂਡ ਇਸ ਫਾਰਮਿੰਗ ਇੰਡਸਟਰੀ ਵਿੱਚ ਕਿਸ ਤਰ੍ਹਾਂ ਦੀ ਹੈਗੀ ਅਤੇ ਤੁਸੀਂ ਕਿਉਂ ਯੂਨੀਕਲੀ ਕੁਆਲੀਫਾਈਡ ਹੈਗੇ ਇਸ ਇਸ਼ੂ ਨੂੰ ਪੋਜ਼ਿਟਿਵਲੀ ਇੰਪੈਕਟ ਕਰਨ ਲਈ? ਸੋ ਜਿਹੜੀ ਫਾਰਮਿੰਗ ਦੀ ਬੈਕਗਰਾਊਂਡ ਹੈਗੀ ਆ, ਪਹਿਲਾਂ ਇੱਥੇ ਅਸੀਂ ਆਏ ਹਾਂ, ਪਹਿਲਾਂ ਅਸੀਂ ਜਿੱਦਾਂ ਫਾਰਮ ਵਰਕਰ ਸੀਗੇ, ਰਾਈਟ, ਮਾਈ ਮਾਮ ਐਂਡ ਡੈਡ ਸਾਡੇ, ਵੀ ਸਟਾਰਟਡ ਫਰੋਮ, ਮਾਈ ਬ੍ਰਦਰ ਇਜ਼ ਹੇਅਰ ਟੂਡੇ, ਵੀ ਆਲ ਜਸਟ ਵਰਕਡ ਇਨ ਫਾਰਮਸ। ਸੋ ਉਹ ਤੋਂ ਬਾਅਦ ਦੇਖ ਕੇ ਅਸੀਂ
ਫਾਰਮ ਦੇ ਵਿੱਚੋਂ ਲਰਨ ਕਰਕੇ ਵੀ ਕੀ ਕਰ ਸਕਦੇ। ਸੋ ਫਾਰਮਿੰਗ ਇੰਨੀ ਡਿਫਿਕਲਟ ਆ, ਸਾਨੂੰ ਉਹਨਾਂ ਦਾ ਬਜਟ ਹਰੇਕ ਸਾਲ ਐਡਜਸਟ ਕਰਨਾ ਪੈਂਦਾ। ਸੋ ਇਸ ਵੇਲੇ ਸਾਡੀ ਕਾਉਂਟੀ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਬਜਟ ਦੀ ਆ, ਉਹ ਐਡਜਸਟ ਨਹੀਂ ਕਰਦੇ। ਸਾਡੀ ਜਿਹੜੀ ਪੈਨਸ਼ਨ ਆ ਉਹ ਅਪਸਾਈਡ ਡਾਊਨ ਹੋਈ ਆ। ਸੋ ਉਹ ਐਡਜਸਟਮੈਂਟ ਕਰਨ ਨੂੰ ਜੇ ਅਸੀਂ ਆਪਣਾ ਫਾਰਮਿੰਗ ਬਜਟ ਜਿਹੜਾ ਹਰੇਕ ਸਾਲ ਐਡਜਸਟ ਕਰਕੇ ਜਿਹੜੀ ਸਾਡੇ ਫਾਰਮ ਦੇ ਵਿੱਚੋਂ ਇਨਕਮ ਆਉਂਦੀ ਆ, ਜਦੋਂ ਤੁਸੀਂ ਗਵਰਨਮੈਂਟ ਫੰਡਡ ਆ ਉਹ ਜਿਹੜੇ ਪੈਸੇ ਤੁਹਾਡੇ ਕੋਲ ਆਉਂਦੇ ਆ ਉਹਦੇ ਨਾਲ ਤੁਸੀਂ ਵੈਰੀ ਈਜ਼ਲੀ ਐਡਜਸਟ ਕਰ ਸਕਦੇ ਆ, ਬਿਕੋਜ਼ ਉਹ ਗਰੰਟੀਡ ਮਨੀ ਆ ਜਿਹੜੀ ਤੁਹਾਨੂੰ ਆਉਂਦੀ ਆ। ਸਾਡੇ ਫਾਰਮਾਂ ਦੇ ਵਿੱਚ ਕੋਈ ਸਬਸਿਡੀ ਸਭ ਕੁਝ ਹੈਗਾ, ਦੇ ਆਲ ਦਾ ਆਲ ਦਾ ਮਨੀ ਕਮਸ ਟੂ ਦਾ ਕਾਉਂਟੀ, ਇਟ ਕੈਨ ਬੀ ਐਲੋਕੇਟਡ ਐਨੀ ਵਿਚ ਵੇ, ਬਟ ਜਿੱਥੇ ਲੋੜ ਆ ਉਧਰ ਨੂੰ ਕਰਕੇ ਤੁਸੀਂ ਉਹਨੂੰ ਐਡਜਸਟਮੈਂਟ ਕਰ ਸਕਦੇ ਆ ਆਪਣੇ। ਤੇ ਫਾਰਮਿੰਗ ਵਿੱਚ ਇੱਕ ਹੋਰ ਵੀ ਚੀਜ਼ ਤੁਹਾਡੇ ਪਲੈਟਫਾਰਮ ਵਿੱਚ ਮੈਂਸ਼ਨ ਹੋਈ ਹੈ ਕਿ ਤੁਸੀਂ ਪਰਸਨਲੀ ਜਦੋਂ ਹੁਣ ਕਲਾਈਮੇਟ ਚੇਂਜ ਹੋ ਰਿਹਾ, ਇਟਸ ਅਨਡਨਾਈਬਲ ਰਾਈਟ, ਭਾਵੇਂ ਉਹ ਕੈਲੀਫੋਰਨੀਆ ਦੀ ਵਾਇਲਡ ਫਾਇਰਸ ਹੋਣ, ਫਲੱਡਿੰਗ ਹੋਣ, ਕੋਈ ਵੀ ਇਸ਼ੂਜ਼ ਹੋਣ, ਤੁਸੀਂ ਫਲੱਡਿੰਗ ਦੇ ਇਸ਼ੂ ਨੂੰ ਲੈ ਕੇ ਪਰਸਨਲੀ ਇਨਵੋਲਵ ਹੋਏ ਹੋ ਫਾਰਮਿੰਗ ਇੰਡਸਟਰੀ ਵਿੱਚ, ਇਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸੋ। ਦੇਖੋ ਇੱਥੇ ਜ਼ਿਆਦਾ 72 ਦਾ ਮੈਂ ਇੱਥੇ ਆਲਮੋਸਟ 4 ਟਾਈਮਸ ਆਪਾਂ ਫਲੱਡ ਦੇਖ ਰਹੇ। ਸੋ ਐਵਰੀ 10 ਈਅਰ ਸਾਈਕਲ ਆ ਫਲੱਡ ਦਾ, ਹੁਣ ਤਾਂ ਡਰਾਊਟ ਸਾਈਕਲ ਨਾ, ਬਟ ਐਵਰੀ 10 ਈਅਰ ਦੇ ਵਿੱਚ ਫਲੱਡਸ ਆਉਂਦੇ ਆ। ਫਲੱਡ ਦੇ ਵਿੱਚ ਜਿਹੜਾ ਹੈਗਾ, ਮੈਂ ਹੁਣ 1986 ਦੇ ਵਿੱਚ ਲੈਵੀ ਟੁੱਟੀ ਆ, ਅਸੀਂ ਲੈਵੀ ਦੇ ਉੱਤੇ ਸੀਗੇ ਉਸ ਟਾਈਮ, ਟਾਊਨ ਵੈਕਿਊਏਟ ਹੋ ਗਿਆ ਸੀਗਾ, ਪਰ ਮੈਂ ਅਤੇ ਮੇਰਾ ਬ੍ਰਦਰ, ਸਾਡੀ ਸਾਰੀ ਫੈਮਿਲੀ ਸੀ ਇੱਥੇ ਸੀਗੇ ਰਾਈਟ। ਇੱਥੇ ਆਪਣੇ ਨਾਲ ਇੱਕ ਸ਼ਹਿਰ ਹੈਗਾ, ਮੈਂ ਤੁਹਾਨੂੰ ਸਟੋਰੀ ਦੱਸਣ ਲੱਗਾ, ਉਹ ਮਰੀਡੀਅਨ ਉਹਨੂੰ ਕਹਿੰਦੇ ਆ, ਆਪਣੇ ਇੱਥੋਂ 10 ਮੀਲ ਦੇ ਉੱਤੇ ਆ। ਰਾਤ ਨੂੰ 11 ਵਜੇ ਦੀ ਇਹ ਗੱਲ ਹੈ, ਮੈਨੂੰ ਚੇਤਾ, ਕਿ ਉਹ ਲੇਵੀ ਟੁੱਟਣ ਲੱਗੀ ਸੀ ਉੱਥੋਂ, ਬਿਨਾਂ ਸਾਡੇ ਕੋਲ ਬੁਲਡੋਜ਼ਰ ਟਰੈਕਟਰ ਸੀਗੇ, ਉਹ ਇਹ ਲੈ ਕੇ ਮਾਈ ਬ੍ਰਦਰ ਹੀ ਠੁੱਕ ਇਟ ਐਂਡ ਵਰਕ ਔਨ ਦ ਲੇ, ਇਹ ਨਹੀਂ ਦੇਖਿਆ ਵੀ ਇਹ ਗੁਆਚ ਸਕਦਾ, ਇਹ ਟੁੱਟ ਸਕਦਾ। ਪਰ ਉਸ ਵੇਲੇ ਇੱਕ ਆਪਾਂ ਪਿੰਡ ਬਚਾਉਣ ਦੀ ਗੱਲ ਸੀ, ਅਤੇ ਕਿਸ ਤਰ੍ਹਾਂ ਜਿੱਦਣ ਉਹ ਲੇਵੀ ਟੁੱਟੀ 86 ਦੇ ਵਿੱਚ, ਇਹ ਇੱਥੋਂ ਟੁੱਟ ਆਪਣੇ ਗਾਰਡਨ ਹੈ ਟੁੱਟਣੀ ਸੀਗੀ, ਬਿਕੋਜ਼ ਆਪਣਾ ਇਹਦੇ ਨਾਲ ਪਾਸਾ ਉੱਚਾ ਆ ਮੈਰਿਸਵੈਲ ਵਾਲਾ। ਸੋ ਮੈਰਿਸਵੈਲ ਦੇ ਪਾਸੇ ਟੁੱਟ ਗਏ, ਹੁਣ ਇਸ ਵੇਲੇ ਮੈਰਿਸਵੈਲ ਆਪਣੇ ਨਾਲ ਉੱਚਾ ਆ, ਆਪਾਂ ਨੀਵੇਂ ਹਾਂ ਇੱਧਰਲੇ ਪਾਸੇ, ਆਪਾਂ ਫਲੱਡਿੰਗ ਸਟੇਜ ਦੇ ਵਿੱਚ ਹਾਂ। ਸੋ ਉਹਦੇ ਲਈ ਆਪਾਂ ਨੂੰ ਗਵਰਨਮੈਂਟ ਦੇ ਨਾਲ ਹੋਰ ਵੀ ਮੋਢੇ ਨਾਲ ਮੋਢਾ ਲਾ ਕੇ ਪ੍ਰੈਪਰੇਸ਼ਨ ਕਰਨੀ ਪੈਣੀ ਆ, ਜਿਹੜਾ ਸਾਡਾ ਇਸ ਵੇਲੇ ਇੱਥੇ, ਹੁਣ ਪੰਜਾਬੀ 'ਚ ਮੈਂ ਬੋਲਿਆ ਪਰ ਇੱਥੇ ਮੈਡਮ ਬੈਠੀ ਹੈ, ਉਹਨੇ ਮੈਨੂੰ ਕੁਐਸਚਨ ਪੁੱਛਿਆ ਕਿ ਸਾਡੀ ਜਿਹੜੀ ਹੈਗੀ ਆ ਫਲੱਡ ਇੰਸ਼ੋਰੈਂਸ ਬਹੁਤ ਵੱਧ ਰਹੀ ਆ। ਮੈਂ ਫਲੱਡ ਇੰਸ਼ੋਰੈਂਸ ਦੇ ਬਾਰੇ ਇਹ ਗੱਲ ਚਾਹੁੰਦਾ, ਇਸ ਵੇਲੇ ਫਲੱਡ ਇੰਸ਼ੋਰੈਂਸ ਘੱਟ ਰਹੀ ਆ ਬਿਕੋਜ਼ ਪ੍ਰਾਈਵੇਟ ਸੈਕਟਰ ਵਿੱਚ ਆ ਗਿਆ ਉਹਦੇ, ਬਿਕੋਜ਼ ਅੱਗੇ ਗਵਰਨਮੈਂਟ ਕੱਲੀ ਫੰਡਡ ਸੀਗੀ, ਹੁਣ ਇਸ ਵੇਲੇ ਜਿਹੜੀ ਉਹ ਘੱਟ ਰਹੀ ਆ ਉਹਦੇ ਕਰਕੇ ਬਿਸ ਪ੍ਰਾਈਵੇਟ ਸੈਕਟਰ। ਅਗਰ ਤੁਸੀਂ ਸੁਪਰਵਾਈਜ਼ਰ ਦੀ ਸੀਟ ਜਿੱਤ ਜਾਂਦੇ ਹੋ ਤਾਂ ਤੁਹਾਡਾ ਇਸ ਪਰਟੀਕੂਲਰ ਇਸ਼ੂ ਵਿੱਚ ਕੀ ਹੱਲ ਹੋਏਗਾ, ਕੀ ਤੁਹਾਡਾ ਕੰਮ ਹੋਏਗਾ ਇਸ ਪਾਸੇ ਆਪਣੇ ਲੇਵੀ ਸਿਸਟਮ ਦੇ? ਇਹ ਲੇਵੀ ਸਿਸਟਮ ਜਿਹੜਾ ਆਪਾਂ ਨੂੰ, ਆਪਾਂ ਇੰਪਰੂਵ ਨਹੀਂ ਕਰਦੇ, ਆਪਾਂ ਕੋਈ ਵੀ ਇੱਥੇ ਜਿਹੜਾ ਹੈਗਾ ਬਿਲਡਿੰਗਸ ਜਾਂ ਕਿਸੇ ਦਾ ਇੰਫਰਾਸਟ੍ਰਕਚਰ ਬਣਾ ਨਹੀਂ ਸਕਦੇ, ਬਿਕੋਜ਼ ਜਦੋਂ ਫਲੱਡ ਪਲੇਨ ਦੇ ਵਿੱਚ ਹੁੰਦਾ ਤੁਹਾਨੂੰ ਕੋਈ ਵੀ, ਜਿਹੜੇ ਆਪਾਂ ਸਾਊਥ ਸਾਈਡ ਨੂੰ ਜਾਂਦੇ ਨਾ, ਇੱਥੋਂ ਬੋਗ ਰੋਡ ਤੋਂ ਸਾਊਥ ਆ, ਉਹ ਸਾਰਾ 100 ਈਅਰ ਫਲੱਡ ਦੇ ਵਿੱਚ ਆਉਂਦਾ, ਉੱਥੇ ਤੁਹਾਨੂੰ 8 ਫੁੱਟ ਕਿਸੇ ਤਰ੍ਹਾਂ 6 ਫੁੱਟ ਉੱਚਾ ਬਣਾਉਣਾ ਪੈਂਦਾ। ਸੋ ਯੂ ਕੈਨ ਬਿਲਡ ਇਕਨੋਮਿਕਲੀ ਕੋਈ ਵੀ ਚੀਜ਼, ਐਂਡ ਉਹਨੂੰ ਤੁਹਾਨੂੰ ਉਹਦੇ ਲਈ ਅਸੀਂ ਪਹਿਲਾਂ ਫਾਈਟ ਇਹ ਕਰਾਂਗੇ, ਗਵਰਨਮੈਂਟ ਦੇ ਨਾਲ ਗੱਲ, ਫੈਡਰਲ ਨਾਲ ਗੱਲ ਕਰਕੇ ਆਪਣੀ ਜਿਹੜੀ ਲੇਵੀਸ ਆ ਉਹਨਾਂ ਨੂੰ ਪ੍ਰੋਟੈਕਟ ਕਰਾਂਗੇ, ਅਤੇ ਜਿਹੜੀ ਆਪਾਂ ਸਲਰੀ ਵਾਲ ਪਾ ਕੇ ਉਹਨਾਂ ਨੂੰ ਜੋ ਥੋੜ੍ਹਾ ਜਿਹਾ ਥੈਂ ਰਹਿੰਦਾ ਉਹਨੂੰ ਫਿਕਸ ਕਰਾਂਗੇ। ਪੈਸਾ ਬਹੁਤ ਲਾਇਆ ਨਹੀਂ, ਓਵਰ $300 million ਲੱਗ ਚੁੱਕਾ ਹੈ, ਪਰ ਥੋੜ੍ਹਾ ਰਹਿੰਦਾ ਹੈ ਹਾਲੇ, ਛੁੱਗੇ ਰਸ ਸਦਰ ਕਾਉਂਟੀ ਵੀ ਸਹੀ, ਪਰ ਇਸ ਨਾਲ ਰਹਿੰਦਾ। ਐਂਡ ਵਨ ਇਟ ਕਮਸ ਟੂ ਦਾ ਪਾਪੂਲੇਸ਼ਨ ਆਫ ਸਦਰ ਕਾਉਂਟੀ, ਤੁਸੀਂ 1974-72 ਤੋਂ ਇੱਥੋਂ ਰਹਿ ਰਹੇ ਹੋ, ਤੁਹਾਡੇ ਖਿਆਲ ਵਿੱਚ ਅੱਜ ਇਸ ਲੋਕੇਸ਼ਨ, ਇਸ ਏਰੀਆ ਦੀ ਸਭ ਤੋਂ ਜ਼ਿਆਦਾ ਕਿਸ ਪਾਸੇ ਨੀਡ ਹੈ ਟੂ ਗਰੋ ਵਿਦ ਦ ਟਾਈਮਸ, to be a progressive and a positively growing district? Well, it needs to go towards Sacramento. But udhar le issue jehda hai ga apan nu asle issue flooding da hai. Okay, par eh asle jehdi, because 90% district 5 de vich jinne log reh rahe ha oh sare kam Sacramento kar rahe ha us area de vichon, jehde jinne 90% and jinna chikar apan is county de vich hor jobs jehdi hai ga, ਜਿੱਦਾਂ ਮੈਂ ਅੱਗੇ ਵੀ ਕਿਹਾ, ਜਿੱਦਾਂ ਹੁਣ ਆਪਣੀ ਫਾਰਮਿੰਗ ਕਮਿਊਨਿਟੀ ਜ਼ਿਆਦਾ ਇੱਥੇ ਹੈਗੀ ਆ ਰਾਈਟ, ਹੁਣ ਇਸ ਵੇਲੇ ਆਪਣੀ ਫਾਰਮਿੰਗ ਦੇ ਨਾਲ ਇੱਕ ਟਰੈਕਿੰਗ ਕਮਿਊਨਿਟੀ ਜਿਹੜੀ ਆ ਉਹ ਵੱਧ ਰਹੀ ਆ। ਸੋ ਟਰੈਕਿੰਗ ਜਿਹੜੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਲਈ ਜਿਹੜੇ ਟਰੱਕ ਯਾਰਡਸ ਵਗੈਰਾ ਉਹ ਵੀ ਬਣ ਰਹੇ ਆ, ਹੋਰ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਇੰਪਰੂਵਮੈਂਟ ਹੋ ਸਕਦਾ ਜੇ ਸਾਡੇ ਬੰਦਿਆਂ ਨਾਲ ਕੋਈ ਸਹੀ ਤਰੀਕੇ ਨਾਲ ਕੰਮ ਕਰਨ। ਉਹ ਸਾਡੇ ਬੰਦਿਆਂ ਨੂੰ ਬਹੁਤ ਡਿਫਿਕਲਟੀਆਂ ਆਉਂਦੀਆਂ ਉਸ ਚੀਜ਼ ਦੇ ਵਿੱਚ ਪਰਮਿਟ ਦੇ ਵਿੱਚ, March 3rd ਨੂੰ ਆਪਾਂ ਇਲੈਕਸ਼ਨ ਦੇ ਵਿੱਚ ਜਿੱਤ ਜਾਂਦੇ ਹਾਂ, ਆਪਾਂ ਪਹਿਲਾਂ ਹੈਗੀ ਉਹਨਾਂ ਦੀ ਸਾਰਿਆਂ ਦੀ ਹੈਲਪ, ਉਹਨਾਂ ਨੂੰ ਪੁੱਛ ਕੇ ਬਹਿ ਕੇ, ਬਿਕੋਜ਼ ਕੋਈ ਵੀ ਚੀਜ਼ ਆ ਮੈਂ ਇਹ ਕਹਿੰਦਾ ਵੀ ਨਹੀਂ ਜਿਹੜੀ ਨਹੀਂ ਬਣ ਸਕਦੀ ਬਣ ਸਕਦੀ ਆ, ਜੇ ਤੁਸੀਂ
ਨੋ ਜਿਹੜੀ ਆ ਨੋ ਦਾ ਕਦੇ ਜੈਸ ਬਣਾ ਸਕਦੇ ਆ ਨੋ ਨਾ ਟੇਕ ਕਰੋ ਸੋ ਫਾਰਮਿੰਗ ਕਮਿਊਨਿਟੀ ਦੇ ਵਿੱਚ ਹੋ ਕੇ ਬੈਠਦਾ ਉਹ ਜਿਹੜੀ ਹੈਗੀ ਆ ਉਹ ਇਸ ਵੇਲੇ ਪ੍ਰੂਵ ਹੋ ਰਹੀ ਆ ਵੀ ਆਪਣੇ ਜਿਹੜੇ ਜਿੰਨੇ ਐਜੂਕੇਸ਼ਨ ਹੁੰਦੇ ਆ ਸਾਰੇ ਨਿਆਣੇ ਛੱਡ ਕੇ ਫਾਰਮਿੰਗ ਜਾ ਰਹੇ ਆ ਸੋ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਟੈਕ ਜੋਬਸ ਵਗੈਰਾ ਇਸ ਏਰੀਏ ਦੇ ਵਿੱਚ ਇਨਫਰਾਸਟ੍ਰਕਚਰ ਕਿਸੇ ਤਰ੍ਹਾਂ ਜਿਹੜਾ ਉਹ ਇੱਥੇ ਲੋਕਲ ਰਹਿ ਵੀ ਸਕਣ ਆਪਣੇ ਬਜ਼ੁਰਗਾਂ ਦੇ ਨਾਲ ਉਹਨਾਂ ਦੀ ਸੇਵਾ ਵੀ ਕਰ ਸਕਣ ਉਹ ਕਮਿਊਨਿਟੀ ਇੱਥੋਂ ਛੱਡ ਕੇ ਨਾ ਜਾਣ ਜਿਹੜੀ ਫਾਰਮਿੰਗ ਵਾਲੇ ਆ ਅਤੇ ਤਿਆਰਾ ਜੀ ਤੁਸੀਂ ਇੱਥੇ 72 ਤੋਂ ਰਹਿ ਰਹੇ ਹੋ ਤੁਹਾਡਾ ਪੂਰੀ ਫੈਮਿਲੀ ਇੱਥੇ ਹੈਗੀ ਵਾਟ ਕੈਪਟ ਯੂ ਹੇਅਰ ਵੈਲ ਇਟਸ ਪੰਜਾਬ ਟੂ ਮੀ ਇਟਸ ਜਸਟ ਲਾਈਕ ਪੰਜਾਬ ਹੇਅਰ ਐਂਡ ਆਈ ਡੋਂਟ ਥਿੰਕ ਯੂ ਆਰ ਦੀ ਓਨਲੀ ਵਨ ਇਹ ਤਾਂ ਗੱਲ ਜੋ ਵੀ ਇਸ ਸਿਟੀ ਵਿੱਚ ਆਉਂਦਾ ਹੈ ਯੂਬਾ ਸਿਟੀ ਵਿੱਚ ਉਹ ਇਸ ਤਰ੍ਹਾਂ ਹੀ ਮਹਿਸੂਸ ਕਰਦਾ ਹੈ ਦੈਟ ਇਹ ਪੰਜਾਬ ਹੀ ਬਣਿਆ ਹੋਇਆ ਅਤੇ ਜਦੋਂ ਪੰਜਾਬ ਪੋਲੀਟਿਕਸ ਦੀ ਗੱਲ ਆਉਂਦੀ ਹੈ ਅਤੇ ਇੱਥੇ ਇਸ ਕੰਟਰੀ ਵਿੱਚ ਯੂਬਾ ਸਿਟੀ ਦੀ ਪੋਲੀਟਿਕਸ ਪੰਜਾਬ ਪੋਲੀਟਿਕਸ ਸੇਮ ਚੀਜ਼ ਹੈਗੀ ਬਟ ਆਪਾਂ ਇੱਥੇ ਰੁਕਦੇ ਇੱਕ ਛੋਟੀ ਜਿਹੀ ਬ੍ਰੇਕ ਲਈ ਤੁਸੀਂ ਵੀ ਜੁੜੇ ਰਹੋ ਬ੍ਰੇਕ ਤੋਂ ਬਾਅਦ ਆ ਕੇ ਗੱਲ ਕਰਾਂਗੇ ਇਸ ਇਲੈਕਸ਼ਨ ਬਾਰੇ ਅਤੇ ਹੋਰ ਕੈਂਡੀਡੇਟਸ ਕੌਣ ਖੜ੍ਹੇ ਹੋਏ ਹਨ ਇਸ ਇਲੈਕਸ਼ਨ ਵਿੱਚ ਅਤੇ ਤੁਹਾਨੂੰ ਕੀ ਜਾਣਕਾਰੀ ਦੀ ਲੋੜ ਹੈ ਤਾਂ ਕਿ ਤੁਸੀਂ ਵੀ ਇਨਵੋਲਵ ਹੋ ਸਕੋ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਅਤੇ ਅੱਜ ਸਾਡੀ ਟੀਮ ਪਹੁੰਚੀ ਹੈ ਯੂਬਾ ਸਿਟੀ ਕੈਲੀਫੋਰਨੀਆ ਯੂਬਾ ਸਿਟੀ ਕੋਈ ਅਣਜਾਣ ਸ਼ਹਿਰ ਨਹੀਂ ਹੈਗਾ ਇਹ ਸਾਡਾ ਪਿੰਡ ਹੈ ਇੱਥੇ ਪੰਜਾਬ ਵੱਸਦਾ ਹੈ ਅਤੇ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤਾਂ ਪੋਲੀਟਿਕਸ ਦੀ ਤਾਂ ਗੱਲ ਆਉਣੀ ਹੀ ਹੈਗੀ ਪੋਲੀਟਿਕਸ ਨੂੰ ਲੈ ਕੇ ਸਪੈਸ਼ਲੀ ਲੋਕਲ ਪੋਲੀਟਿਕਸ ਇੱਥੇ ਸੁਪਰਵਾਈਜ਼ਰ ਡਿਸਟ੍ਰਿਕਟ 5 ਦੀ ਸੀਟ ਲਈ ਖੜ੍ਹੇ ਹੋਏ ਹਨ ਸਰਬ ਤਿਆਰਾ ਅਤੇ ਤਿਆਰਾ ਜੀ ਸਾਡੀ ਜੋ ਵਿਊਅਰ ਸਾਨੂੰ ਵੇਖ ਰਹੇ ਹੈ ਤੁਹਾਡੀ ਇੱਥੇ ਆਡੀਅੰਸ ਆਈ ਹੋਈ ਹੈ ਤੁਹਾਡੇ ਫੰਡ ਰੇਜ਼ਰ ਲਈ ਸਭ ਤੋਂ ਪਹਿਲੇ ਉਹਨਾਂ ਨੂੰ ਦੱਸੋ ਤੁਸੀਂ ਕੰਸਰਵੇਟਿਵ ਪਲੈਟਫਾਰਮ 'ਤੇ ਖੜ੍ਹੇ ਹੋਏ ਹੋ ਉਹਦਾ ਕੀ ਮੀਨਿੰਗ ਹੁੰਦਾ ਅਤੇ ਤੁਸੀਂ ਇਹੀ ਪਲੈਟਫਾਰਮ ਕਿਉਂ ਚੂਜ਼ ਕੀਤਾ ਇਹ ਪਲੈਟਫਾਰਮ ਜਿਹੜਾ ਇਹ ਕੁਐਸਚਨ ਮੈਨੂੰ ਕਈ ਵਾਰੀ ਆਇਆ ਬਿਕੋਜ਼ ਕੰਸਰਵੇਟਿਵ ਜਿਹੜਾ ਹੈ ਕਈ ਛੋਟੀ ਗਵਰਨਮੈਂਟ ਜਿਹਦੇ ਨਾਲ ਐਜ ਯੂ ਬੀਨ ਟੈਕਸ ਪੇਅਰ ਯੂ ਹੈਵ ਟੂ ਪੇ ਲੈਸ ਟੈਕਸਿਸ ਘੱਟ ਤੋਂ ਘੱਟ ਟੈਕਸ ਪੇ ਹੋਵੇ ਜਿਹਦੇ ਨਾਲ ਤੁਹਾਡੀ ਜੇਬ 'ਚ ਪੈਸੇ ਜ਼ਿਆਦਾ ਰਹਿ ਸਕਣ ਗਵਰਨਮੈਂਟ ਦਾ ਜਿੰਨਾ ਕੰਟਰੋਲ ਜ਼ਿਆਦਾ ਹੋਊਗਾ ਤੁਹਾਡੇ ਟੈਕਸ ਵਧੂਗੇ ਤਾਂ ਤੁਹਾਨੂੰ ਬੈਨੀਫਿਟ ਘੱਟ ਮਿਲੂਗੇ ਤੁਹਾਡੇ ਹੱਥੋਂ ਜਿਹੜੀ ਆ ਕੰਟਰੋਲ ਚੱਲ ਜਾਊਗਾ ਸੋ ਇਹਦੇ ਕਰਕੇ ਬਿਗ ਰੀਜ਼ਨ ਕਰਕੇ ਆਪਾਂ ਰਾਈਟ ਨੂੰ ਸਾਡੇ ਬੰਦੇ ਆਲਮੋਸਟ ਸਾਰੇ ਰਾਈਟ ਨੂੰ ਹੀ ਆ ਰਾਈਟ ਸੋ ਇਸ ਕਰਕੇ ਮੇਰੀ ਸਾਰਿਆਂ ਤੋਂ ਜ਼ਿਆਦਾ ਵਜ੍ਹਾ ਇਹ ਸੀਗੀ ਕਿ ਆਪਣੇ ਟੈਕਸ ਨਾ ਵਧਣ ਤਾਂ ਗਵਰਨਮੈਂਟ ਬੜੀ ਨਾ ਹੋਵੇ ਮੈਂ ਬਿਲੀਵ ਕਰਦਾ ਗਵਰਨਮੈਂਟ ਛੋਟੀ ਦੇ ਵਿੱਚ ਮੈਂ ਇਹ ਚਾਹੁੰਦਾ ਵੀ ਜਿਹੜੇ ਲੋਕ ਬਾਹਰ ਸੰਗਤ ਰਹਿ ਰਹੀ ਆ ਇਸ ਸ਼ਹਿਰ ਦੇ ਵਿੱਚ ਉਹਨਾਂ ਦੇ ਹੱਥ ਆਪਣਾ ਕੰਟਰੋਲ ਹੋਵੇ ਇਹ ਨਹੀਂ ਵੀ ਉਹਨਾਂ ਦੇ ਟੈਕਸ ਦੇ ਪੈਸੇ ਵਧਾ ਕੇ ਤਾਂ ਬੜੀ ਗਵਰਨਮੈਂਟ ਕਰ ਲਓ ਜਿੱਦਾਂ ਇਸ ਵੇਲੇ ਯੂਨੀਵਰਸਿਟੀ ਦੇ ਵਿੱਚ ਹੈਗੀ ਆ ਕਿਉਂਕਿ ਘਰਾਂ ਦਾ ਜਿਹੜਾ ਮੰਦ ਪੈਣ ਕਰਕੇ ਪਹਿਲਾਂ ਗਵਰਨਮੈਂਟ ਨੇ ਬੜੀ ਕਰ ਲਈ ਇਸ ਵੇਲੇ ਵੀ ਜਿਹੜਾ ਬਜਟ ਨਹੀਂ ਬੈਲੈਂਸ ਹੋ ਰਿਹਾ ਇਹ ਸਾਨੂੰ ਤਾਂ ਬੜੀ ਇਹ ਰੀਜ਼ਨ ਆ ਕਿ ਇਹਨਾਂ ਦੀ ਗਵਰਨਮੈਂਟ ਬਹੁਤ ਬੜੀ ਕੀਤੀ ਵਾ ਸੋ ਇੱਕ ਤਰਫ ਆਪਾਂ ਗੱਲ ਕਰੇ ਕਿ ਲੋਕਾਂ ਦੇ ਜੋ ਇੱਥੇ ਦੇ ਰੈਜ਼ੀਡੈਂਟਸ ਹੈਗੇ ਉਹਨਾਂ ਲਈ ਟੈਕਸਿਸ ਆਪਾਂ ਕੰਮ ਕਰਨੇ ਆ ਬਟ ਦੂਜੀ ਤਰਫ ਆਪਾਂ ਕਹਿ ਰਹੇ ਹਾਂ ਕਿ ਜੋ ਇਸ ਸ਼ਹਿਰ ਨੂੰ ਚੀਜ਼ਾਂ ਦੀ ਲੋੜ ਹੈ ਭਾਵੇਂ ਉਹ ਸੜਕਾਂ ਹੋਣ ਭਾਵੇਂ ਉਹ ਹੋਮਲੈਸਨੈਸ ਦੀ ਪ੍ਰੋਬਲਮਸ ਹੋਣ ਭਾਵੇਂ ਉਹ ਸਬਸਿਡੀਜ਼ ਹੋਣ ਫਾਰਮਰਸ ਲਈ ਉਸ ਦਾ ਖਰਚਾ ਕਿੱਥੋਂ ਆਊਗਾ ਉਹ ਤੁਹਾਨੂੰ ਇਨਫਰਾਸਟ੍ਰਕਚਰ ਲਿਆਉਣਾ ਪੈਣਾ ਤੁਹਾਨੂੰ ਬਿਜ਼ਨਸ ਹੋਰ ਲਿਆਉਣੀ ਪੈਣੀ ਹੈ ਤੁਹਾਨੂੰ ਬਿਗ ਕੰਪਨੀਆਂ ਇੱਥੇ ਲਿਆਉਣੀਆਂ ਪੈਣੀਆਂ ਜਿਹਦੇ ਨਾਲ ਆਪਾਂ ਤਰੱਕੀ ਕਰ ਸੈਕਰਾਮੈਂਟੋ ਆਪਾਂ ਤੋਂ 30 ਮੀਲ 'ਤੇ ਆ ਸਾਰਾ ਰਾਈਟ 30 ਮੀਲ ਤੋਂ ਆਪਣੇ ਇੱਥੇ ਵੀ ਲੱਗ ਸਕਦੇ ਹਾਂ ਜਿੱਦਾਂ ਹੁਣ ਪਿੱਛੇ ਸੀਗਾ ਇੱਥੇ ਕਸੀਨੋ ਬਣੀ ਆ ਮੈਂ ਉਹ ਆਪਾਂ ਨੂੰ ਸਟਰ ਕਾਉਂਟੀ ਨੂੰ ਆ ਰਹੀ ਸੀ $5 ਮਿਲੀਅਨ ਦੀ ਰੈਵਨਿਊ ਹੋ ਸਕਦੀ ਸੀ ਉਹਦੀ ਜੇ ਉਹ ਕਸੀਨੋ ਇੱਥੇ ਲੱਗ ਜਾਂਦੀ ਕਾਹਦੇ ਨਹੀਂ ਲਾਈ ਆਹ ਵਜ੍ਹਾ ਕਰਕੇ ਅਤੇ ਜਿਹੜੀ ਆਪਣੇ ਗਵਰਨਮੈਂਟ ਜੀ ਉਹ ਉਧਰ ਚਲ ਗਿਆ ਮੈਰਿਜਵੈਲ ਵਿੱਚ ਸੋ ਮੈਰਿਜਵੈਲ ਹੋਰ ਤਰੱਕੀ ਕਰ ਰਿਹਾ $5 ਮਿਲੀਅਨ ਦੀ ਜਿਹੜੀ ਇਨਕਮ ਉਧਰ ਚਲ ਗਈ ਸੋ ਉਹ ਹੀ $5 ਮਿਲੀਅਨ ਦੀ ਹੋਰ ਇਨਕਮ ਇਸ ਕਾਉਂਟੀ ਨੂੰ ਹੁੰਦੀ ਹੈ ਕਿੱਥੇ ਤਾਂ ਕਿੱਥੇ ਸੋ ਯੂ ਆਪਾਂ ਨੂੰ ਹੋਰ ਉੱਦਾਂ ਦੀ ਚੀਜ਼ਾਂ ਲਿਆਉਣੀਆਂ ਪੈਣੀਆਂ ਜਿਹਦੇ ਨਾਲ ਆਪਾਂ ਹੁਣ ਇੱਥੇ ਰੈਕਗਨੇਸ਼ਨ ਕੁਛ ਵੀ ਹੈ ਨਹੀਂ ਅੱਜ ਆਪਣੇ ਨਿਆਣੇ ਜਿਹੜੇ ਹੈਗੇ ਆ ਉਹ ਸੈਕਰ ਆਪਣੇ ਰੋਜ਼ਵੈਲ ਜਾਂਦੇ ਆ ਇੱਕ ਆਪਣੀ ਤੁਹਾਨੂੰ ਪਤਾ ਹੋਣਾ ਟਾਪ ਗਾਲਫ ਜਿਹਨੂੰ ਕਹਿੰਦੇ ਆ ਸੋ ਅਸੀਂ ਸੋਚ ਰਹੇ ਹਾਂ ਆਪਣੇ ਸਟਰ ਕਾਉਂਟੀ ਦੇ ਵਿੱਚ ਉੱਦਾਂ ਦੀ ਕੋਈ ਨਾ ਕੋਈ ਫੈਸਿਲਿਟੀ ਬਣੇ ਜਿਹਦੇ ਨਾਲ ਕੋਈ ਆਪਾਂ ਨੂੰ ਹੁਣ ਸੋਚ ਰਹੇ ਸਟਰ ਕਾਉਂਟੀ ਦੇ ਸ਼ੈਲਫ ਡਿਪਾਰਟਮੈਂਟ ਨਾਲ ਗੱਲ ਕਰਕੇ ਕੋਈ ਸ਼ੂਟਿੰਗ ਰੇਂਜ ਹੈ ਨਹੀਂ ਇੱਥੇ ਕੋਈ ਵੀ ਇਨਡੋਰ ਉਹ ਬਣਾਉਣ ਬਾਰੇ ਸੋਚ ਰਹੇ ਜਿਹੜੇ ਰੈਕਰੇਸ਼ਨ ਆਪਣੇ ਨਿਆਣੇ ਵੀ ਇੱਥੇ ਰਹਿਣ ਜੇ ਕੋਈ ਡਰਿੰਕ ਵੀ ਕਰਦਾ ਇਹ ਨਹੀਂ ਵੀ 40 ਮੀਲ ਤੋਂ ਚਲਾ ਕੇ ਆਵੇ ਇੱਥੇ ਲੋਕਲ ਰਹੂਗਾ ਸੋ ਆਪਾਂ ਨੂੰ ਆਪਣੀ ਕਮਿਊਨਿਟੀ ਨੂੰ ਇਹਨੂੰ ਡਿਵੈਲਪ ਕਰਨਾ ਪੈਣਾ ਅਤੇ ਜੋ ਇਸ ਵੇਲੇ ਸਾਡੀ ਕਮਿਊਨਿਟੀ ਹੈ ਤੁਹਾਡੇ ਖਿਆਲ 'ਚ ਉਹ ਪੋਲੀਟੀਕਲੀ ਐਕਟਿਵ ਹੈਗੇ ਤੁਹਾਨੂੰ ਲੱਗਦਾ ਕਿ ਉਹ ਇਸ ਤਰ੍ਹਾਂ ਦੇ ਇਲੈਕਸ਼ਨ ਵਿੱਚ ਜਾਣਕਾਰੀ ਰੱਖਦੇ ਆ ਜਾਂ ਉਹਨਾਂ ਨੂੰ ਕਿਸ ਲੈਵਲ 'ਤੇ ਐਜੂਕੇਟ ਕਰਨ ਦੀ ਲੋੜ ਹੈ ਯੂਬਾ ਸਿਟੀ ਵਿੱਚ
ਜਿਹੜਾ ਐਜੂਕੇਸ਼ਨ ਆਪਾਂ ਅੱਜ ਕਰ ਰਹੇ ਹਾਂ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਉਹਨਾਂ ਨੂੰ ਸਾਡੇ ਬੰਦਿਆਂ ਨੂੰ ਪਤਾ ਹੋਣਾ ਚਾਹੀਦਾ ਵੀ ਸਾਡਾ ਹੱਕ ਕੀ ਆ, ਵੀ ਇਸ ਵੋਟ ਦਾ ਮਤਲਬ ਕੀ ਆ, ਵੀ ਸਾਡਾ ਬੰਦਾ ਕੁਛ ਕਰ ਸਕਦਾ ਕਿ ਨਹੀਂ ਕਰ ਸਕਦਾ। ਹੁਣ ਆਪਣੇ ਦੋ ਇਸ ਵੇਲੇ ਜਿਹੜੇ ਰਨਿੰਗ ਮੇਟ ਨਾਲ ਹੈਗੇ ਆ, ਇੱਕ ਕੈਂਡੀਡੇਟ ਸੀਗਾ ਉਹ 4 ਸਾਲ ਤੋਂ ਪਹਿਲਾਂ ਇੱਥੇ ਰਹਿ ਰਿਹਾ, ਰਾਈਟ। ਮੈਂ ਇਸ ਕਰਕੇ ਖੜਾ ਹੋਇਆ ਸੀਗਾ ਵੀ 4 ਸਾਲ ਦੇ ਵਿੱਚ ਸਾਡੀ ਕਾਉਂਟੀ ਦੇ ਵਿੱਚ ਜਿਹੜੇ ਡਿਸਟ੍ਰਿਕਟ ਮੈਂ ਰਹਿ ਰਿਹਾ ਕੋਈ ਤਰੱਕੀ ਨਹੀਂ ਹੋ ਰਹੀ। ਤਰੱਕੀ ਮੀਨ ਤੁਸੀਂ ਰੋਡਾਂ ਦੇਖ ਲਓ ਜਾ ਕੇ ਟੁੱਟੀਆਂ ਪਈਆਂ, ਰਾਈਟ। ਸਕੂਲਸ ਦੇ ਜਿਹੜੇ ਨਿਆਣਿਆਂ ਨੂੰ ਛੱਡਣੇ ਜਾਂਦੇ ਆ, ਸਕੂਲ ਦੀ ਜਿਹੜੀ ਸਿਚੁਏਸ਼ਨ ਇਸ ਵੇਲੇ ਪ੍ਰੋਬਲਮ ਹੈਗੀ, ਹੋਮਲੈਸ ਦੀ ਤੁਹਾਡੇ ਨਾਲ ਗੱਲ ਕਰਕੇ ਹਟੇ ਹਾਂ। ਸੋ ਇੱਦਾਂ ਇੱਦਾਂ ਗੱਲਾਂ ਜਿਹੜੀਆਂ ਹੈਗੀਆਂ ਕੋਈ ਇੰਪਰੂਵਮੈਂਟ ਨਹੀਂ ਹੋ ਰਹੀ, ਉਹ ਇਹ ਕਹਿੰਦੇ ਵੀ ਸਾਡੇ ਕੋਲ ਬਜਟ ਹੈ ਨਹੀਂ। ਮੈਂ ਅੱਗੇ ਵੀ ਗੱਲ ਕਰ ਚੁੱਕਾ, ਬਜਟ ਆਪਾਂ ਨੂੰ ਬਣਾਉਣਾ ਪੈਂਦਾ ਪੈਸੇ ਦੇ ਨਾਲ। ਇਹ ਚੀਜ਼ਾਂ ਜਿਹੜੀਆਂ ਜ਼ਿਆਦਾ ਇੰਪੋਰਟੈਂਟ ਹੈ, ਕਿਸੇ ਨਾ ਕਿਸੇ ਪਾਸੇ ਤੁਸੀਂ ਕੱਟ ਕਰੇ ਜਾਂ ਇੰਫਰਾਸਟ੍ਰਕਚਰ ਹੋਰ ਤੁਸੀਂ ਉਹਨੂੰ ਵਧਾ ਕੇ ਤੁਸੀਂ ਆਪਣਾ ਕੰਮ। ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜੋ ਇਹ ਸਾਰੇ ਖਰਚੇ ਇਸ ਵੇਲੇ ਯੂਨੀਵਰਸਿਟੀ ਨੂੰ ਲੋੜ ਹੈ ਕਰਨ ਦੀ, ਉਹ ਨਾ ਕਿ ਸਿਟੀਜ਼ਨਸ ਦੇ ਟੈਕਸਿਸ ਵਧਾ ਕੇ ਪੂਰੇ ਹੋ ਸਕਦੇ ਆ, ਬਟ ਰੈਵਨਿਊ ਹੋਰ ਜਨਰੇਟ ਕਰਕੇ ਪੂਰੇ ਹੋਣੇ ਚਾਹੀਦੇ ਆ। ਮੇਰੇ ਹਿਸਾਬ ਨਾਲ ਰੈਵਨਿਊ ਹੋਰ ਕਰਕੇ ਪੂਰੇ ਹੋਣੇ ਚਾਹੀਦੇ ਆ। ਦੇਖੋ ਸਾਡਾ ਜਿਹੜੀ ਸ਼ੈਫ ਡਿਪਾਰਟਮੈਂਟ ਆ, ਉਹਨਾਂ ਨੂੰ ਵੀ ਹੈਲਪ ਦੀ ਲੋੜ ਆ, ਫਾਇਰ ਡਿਪਾਰਟਮੈਂਟ ਆ, ਉਹਨਾਂ ਕੋਲ ਵੀ ਇੰਨਾ ਫੈਸਲੇ ਹੈ ਨਹੀਂ। ਬਿਕੋਜ਼ ਕਈ ਵਾਰੀ ਜਦੋਂ ਕਾਲਸ ਆਉਂਦੀਆਂ ਨਾ, ਉਹਨਾਂ ਨੂੰ ਅੱਧਾ ਅੱਧਾ ਘੰਟਾ ਲੱਗ ਜਾਂਦਾ ਪਹੁੰਚਣ ਨੂੰ ਉੱਥੇ। ਕਈ ਵਾਰੀ ਐਕਸੀਡੈਂਟ ਹੋਇਆ ਹੁੰਦਾ, ਨਫਟ 3 ਮਿੰਟ ਪਹਿਲੇ ਇੰਪੋਰਟੈਂਟ ਹੁੰਦੇ, ਤੁਹਾਨੂੰ ਪਤਾ ਜਿੱਥੇ ਪੜ੍ਹੇ ਲਿਖੇ ਆ, ਪਹਿਲੇ 3 ਮਿੰਟ ਜਿਹੜੇ ਆ ਬੰਦੇ ਕ੍ਰਿਟੀਕਲ ਹੁੰਦੇ ਆ। ਸੋ ਮੇਰੇ ਹਿਸਾਬ ਨਾਲ ਆਪਾਂ ਨੂੰ ਉਹ ਵੀ ਤੇਜ਼ ਕਰਨਾ ਚਾਹੀਦਾ ਜੇ ਆਪਾਂ ਇੰਨੀ ਬਿਊਟੀਫੁਲ ਕੰਟਰੀ ਦੇ ਵਿੱਚ ਰਹਿ ਰਹੇ ਹਾਂ। ਸੋ ਸੇਫਟੀ ਇਜ਼ ਪ੍ਰਾਇਓਰਿਟੀ, ਮੇਰੇ ਹਿਸਾਬ ਨਾਲ ਉਹ ਫਰਸਟ ਆ ਸਾਰਿਆਂ ਤੋਂ। ਸੋ ਉਹ ਆਪਾਂ ਨੂੰ ਆਪਾਂ ਉਹ 'ਤੇ ਸਟੈਂਡ ਕਰਦੇ, ਤੁਸੀਂ ਪੜ੍ਹ ਰਹੇ ਹਾਂ ਇਸ ਚੀਜ਼ ਦੇ ਉੱਤੇ, ਮੇਰਾ 100% ਹੁਣ ਸ਼ਰਫ ਜਿਹੜਾ ਸ਼ਰਫ ਬਣ ਜਾ ਆਪਣਾ, ਉਹ ਵੈਰੀ ਗ੍ਰੇਟ ਮੈਨ ਆ, ਉਹਦੇ ਨਾਲ ਆਪਣੀ ਪਰਸਨਲ ਹੈਗੀ ਆ, ਜਿੱਦਾਂ ਉਹਨੂੰ ਇਲੈਕਟ ਵੀ ਕੀਤਾ ਉਹਦੇ ਨਾਲ ਪੂਰੀ ਮਦਦ ਕੀਤੀ ਉਸ ਚੀਜ਼ ਦੇ, ਬਿਕੋਜ਼ ਉਹ ਬੰਦਾ ਸੁਣਦਾ ਸਾਰਿਆਂ ਦੀ ਗੱਲ। ਅਤੇ ਜੋ ਸਾਡੀ ਕਮਿਊਨਿਟੀ ਕਹਿੰਦੀ ਹੈ ਕਿ ਆਪਣੀ ਕਮਿਊਨਿਟੀ ਦੀ ਪਹਿਚਾਣ, ਉਹਨਾਂ ਦੀ ਆਵਾਜ਼ ਇੱਥੇ ਦੀ ਲੋਕਲ ਗਵਰਨਮੈਂਟ ਵਿੱਚ ਇਸ ਵੇਲੇ ਨਹੀਂ ਮੌਜੂਦ ਹੈ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਸਾਡੀ ਕਮਿਊਨਿਟੀ ਲਈ ਕਿਸ ਤਰ੍ਹਾਂ ਲੜੋਗੇ ਇੱਥੇ ਦੀ ਗਵਰਨਮੈਂਟ ਦੇ ਸਿਸਟਮ ਵਿੱਚ? ਮੈਂ ਤਾਂ ਇਹ ਕਹਿਣਾ, ਪਹਿਲਾਂ ਤਾਂ ਆਪਣੀ ਜਿਹੜੇ ਇਸ ਆਡੀਅੰਸ ਦੇਖ ਰਹੇ ਆ ਜਾਂ ਇੱਥੇ ਬੈਠੇ ਆ, ਇਹ ਕਹਿਣਾ ਅਤੇ ਅਸੀਂ ਬਾਕੀ ਗੱਲਾਂ ਛੱਡ ਕੇ ਨਾ ਜਿਹੜੀ ਕਮਿਊਨਿਟੀ ਦੀ ਪੋਲਿਟਿਕਸ ਆ ਉਹ 'ਚ ਇਕੱਠੇ ਜ਼ਰੂਰ ਹੋਈ ਹੈ। ਬਿਕੋਜ਼ ਸਾਡੀ ਇੱਕ ਵੋਇਸ ਜ਼ਰੂਰੀ ਹੋਣੀ ਆ, ਚਾਹੀਦੀ ਇਹਦੇ ਵਿੱਚ। ਬਿਕੋਜ਼ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਬੈਨੀਫਿਟ ਆ, ਇਹ ਕੋਈ ਸਾਡੀ ਪਰਸਨਲ ਗੱਲ ਨਹੀਂ ਹੋਣੀ ਚਾਹੀਦੀ। ਅਤੇ ਜੇ ਮੈਂ ਇਹ ਵੀ ਕਹੂੰਗਾ ਕਿ ਜੇ ਮੇਰੇ ਨਾਲ ਕੋਈ ਕਿਸੇ ਦੀ ਕੋਈ ਪਰਸਨਲ ਗੱਲ ਹੈਗੀ ਵੀ ਆ, ਮੈਂ ਉਹਦੇ 150% ਕੰਮ ਕਰੂੰਗਾ। ਬਿਕੋਜ਼ ਜੇ ਮੈਂ ਇਲੈਕਟਡ ਹਾਂ ਇਸ ਚੀਜ਼ ਦਾ, ਸਾਰਿਆਂ ਕੋਲ ਉਹ ਰਾਈਟ ਹੈਗਾ, ਪਰ ਉਹ ਮੈਂ ਇਹ ਅੱਜ ਵੀ ਕਹਿੰਦਾ ਉਹਨਾਂ ਨੂੰ, ਜਿੰਨੇ ਵੀ ਸਾਡੇ ਨਾਲ ਹੈਗੇ ਆ ਉਹ ਮੋਢੇ ਨਾਲ ਮੋਢਾ ਲਾ ਕੇ ਸਾਡੀ ਮਦਦ ਕਰਨ, ਸਾਡੀ ਇਲੈਕਸ਼ਨ ਦੇ ਵਿੱਚ ਆ ਕੇ ਸਾਨੂੰ ਇਲੈਕਟ ਕਰਨ, ਅਤੇ ਜਿਹੜਾ ਆਪਾਂ ਆਪਣਾ ਹੱਕ ਦੇ ਲੜ ਸਕੀਏ ਜੀ। ਐਂਡ ਤੁਸੀਂ ਸਾਰਿਆਂ ਨੂੰ ਫੇਅਰਲੀ ਰਿਪਰੈਜ਼ੈਂਟ ਕਰੋਗੇ? 110%। ਓਕੇ, ਐਂਡ ਨਾਓ ਵੈਨ ਇਟ ਕਮਸ ਟੂ ਯੋਰ ਕੰਪੈਟੀਟਰਸ, ਰਾਈਟ, ਜੋ ਇਸ ਵੇਲੇ ਯੂਨੀਵਰਸਿਟੀ ਡਿਸਟ੍ਰਿਕਟ 5 ਵਿੱਚ ਆਪਣੀ ਕਮਿਊਨਿਟੀ ਵਿੱਚ ਵੋਟ ਆਲਰੇਡੀ ਪਾ ਰਹੇ ਹਨ, ਜਿਨ੍ਹਾਂ ਨੂੰ ਇਸ ਪ੍ਰੋਸੈਸ ਅਤੇ ਇਸ ਇਲੈਕਸ਼ਨ ਬਾਰੇ ਜਾਣਕਾਰੀ ਹੈਗੀ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਵਟ ਸੈਟਸ ਯੂ ਅਪਾਰਟ ਕੰਪੇਅਰ ਟੂ ਦ ਕੰਪੀਟੀਸ਼ਨ? ਬਿਕੋਜ਼ ਮੈਂ ਆਪਣੇ ਬਾਰੇ ਇਹ ਕਹੂੰਗਾ ਵੀ ਹਾਂ, ਮੈਂ ਕਿਸੇ ਨਾਲ ਕੋਈ ਵੀ ਮੈਨੂੰ ਫੋਨ ਕਾਲ ਕਰੂਗਾ ਮੈਂ ਗੱਲ ਸੁਣੂੰਗਾ। ਸੁਣ ਕੇ ਕਈ ਵਾਰੀ ਜਿਹੜੀ ਹੁੰਦੀ ਹੈ ਗੱਲ, ਇਹ ਨਹੀਂ ਵੀ ਹਾਂ 100% ਮੈਂ ਉਸ ਚੀਜ਼ ਨਾਲ ਐਗਰੀ ਕਰੂੰਗਾ, ਪਰ ਮੈਂ ਇੱਕ ਬੈਕ ਐਂਡ ਫੋਰਥ ਗਿਵ ਐਂਡ ਟੇਕ ਕਰਕੇ ਆਪਾਂ ਉਸ ਚੀਜ਼ ਦੀ, ਜੇ ਮੈਂ ਨੋ ਕਰਦਾ ਜੇ ਉਹ ਨੋ ਕਰਦੇ ਆਪਾਂ ਉਹਦੀ ਯੈਸ ਕਰ ਸਕਦੇ। ਬਿਕੋਜ਼ ਮੀਡੀਅਮ ਵਿੱਚ ਗਰਾਊਂਡ ਦੇ ਵਿੱਚ ਹੈਗੀ, ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਸਾਡੀ ਟਰੱਕਿੰਗ ਦੀ ਕਾਫੀ ਇੰਡਸਟਰੀ ਦੀ ਪ੍ਰੋਬਲਮ, ਮੈਨੂੰ ਪਤਾ ਸਾਡੇ ਭਰਾ ਕੇ ਇੱਥੇ ਬਾਹਰ ਵੀ ਬੈਠੇ ਆ, ਮੈਂ ਉਹਨਾਂ ਨਾਲ ਸਾਰਿਆਂ ਨੂੰ ਵਰਕ ਕਰ ਸਕਦਾ, ਕੋਈ ਹੈ ਨਹੀਂ ਵੀ ਜਿਹੜੀ ਉਹ ਨਹੀਂ ਕਰੂਗੇ ਕੰਮ, ਉਹ ਨਾਲ ਮੈਨੂੰ ਪਤਾ ਅਸੀਂ ਰੋਜ਼ ਉਸ ਚੀਜ਼ ਨਾਲ ਡੀਲ ਕਰਦੇ ਹਾਂ, ਪਰ ਤਰੀਕਾ ਹੁੰਦਾ ਕੰਮ ਕਰਾਉਣ ਦਾ, ਰਾਈਟ। ਜੇ ਤੁਸੀਂ ਕਿਸੇ ਨੂੰ ਉਹ ਇਹ ਕਹਿ ਕੇ ਬੁਲਾ ਲਓ ਜਾਂ ਪਿਆਰ ਨਾਲ ਬੁਲਾ ਲਓ, ਉਨਾ ਹੀ ਫਰਕ ਆ ਉਸ ਚੀਜ਼ ਦੇ ਵਿੱਚ। ਸੋ ਉਹ ਤੁਹਾਡੇ ਲਈ, ਬਿਕੋਜ਼ ਇਹ ਕੋਈ ਵੀ ਨਹੀਂ ਚਾਹੁੰਦਾ ਵੀ ਇੱਥੇ ਗੰਦ ਪਵੇ, ਇਹ ਕੋਈ ਨਹੀਂ ਚਾਹੁੰਦਾ ਇਹ ਕਮਿਊਨਿਟੀ। ਅਸੀਂ ਇੱਥੇ 14,000 ਮੀਲ ਪਰੇ ਆ ਕੇ ਇੱਥੇ ਬੈਠੇ ਹਾਂ ਅਮਰੀਕਾ ਦੇ ਵਿੱਚ, ਇਸੇ ਕਰਕੇ ਇਟਸ ਅ ਬਿਊਟੀਫੁਲ ਕੰਟਰੀ, ਰਾਈਟ। ਹੁਣ ਸਾਡਾ ਸਾਰਿਆਂ ਦਾ ਪਿੰਡ ਤਾਂ ਇਹੀ ਆ, ਰਾਈਟ। ਅਸੀਂ ਜਾਂਦੇ ਹੈਗੇ ਪਿੰਡ ਨੂੰ ਮਿਲਣ, ਮਹੀਨਾ ਖੜ ਜਾਂਦੇ ਆ, ਕੋਈ ਸਰ ਦੌੜਦੇ ਤਾਂ ਮੁੜ ਕੇ ਇੱਥੇ ਨਹੀਂ। ਸੋ ਆਪਣਾ ਪਿੰਡ ਆਪਾਂ ਨੂੰ ਸਾਫ਼ ਰੱਖਣਾ ਚਾਹੀਦਾ, ਰਾਈਟ। ਐਂਡ ਜੋ ਆਪਣੀ ਨੈਕਸਟ ਜਨਰੇਸ਼ਨ ਹੈਗੀ, ਉਹਨਾਂ ਲਈ ਤੁਹਾਡੇ ਕੀ ਪ੍ਰਪੋਜ਼ਲਸ, ਇਸ ਦੇ ਕੀ ਖਿਆਲਾਤ ਹੈਗੇ ਉਹਨਾਂ ਦੇ ਇਸ਼ੂਜ਼ ਨੂੰ ਲੈ ਕੇ? ਦੇਖੋ ਜਿਹੜੀ ਨੈਕਸਟ ਜਨਰੇਸ਼ਨ ਹੈਗੀ ਆ, ਉਹ ਇਸ ਵੇਲੇ ਟੋਟਲੀ ਇਨ ਬਿਟਵੀਨ ਕਈ ਗੱਲਾਂ ਦੇ ਹੈਗੀ ਆ, ਰਾਈਟ। ਸਾਡੇ ਪੋਲੀਟੀਕਲ ਜਿਹੜਾ ਸਿਸਟਮ ਆ ਉਹਦੇ ਵਿੱਚ ਮੈਂ ਇਹ ਕਹਿੰਦਾ ਵੀ ਸਾਰੇ ਪੜ੍ਹ ਲਿਖ ਕੇ ਮੋਹਰੇ ਆਉਣ, ਇਸ ਚੀਜ਼ ਨੂੰ ਸਾਂਭਣ। ਦੇਖੋ ਜਿੰਨਾ ਚਿਰ ਇਹ ਪੋਲੀਟੀਕਲ ਦੇ ਸਿਸਟਮ ਦੇ ਵਿੱਚ ਨਹੀਂ ਪੈਂਦੇ, ਅਸੀਂ ਆਪਣਾ ਜਿਹੜਾ ਹੱਕ ਇੱਥੇ ਨਹੀਂ ਰੱਖ ਸਕਦੇ। ਪਹਿਲਾਂ ਤੋਂ ਅਸੀਂ ਚੱਲ, ਅਸੀਂ ਤਾਂ ਇੰਡੀਆ ਤੋਂ ਪੜ੍ਹ ਕੇ ਵੀ ਆਏ ਹਾਂ, ਫਿਰ ਥੋੜ੍ਹਾ ਇੱਥੇ ਵੀ ਪੜ੍ਹੇ ਆ ਕੇ, ਰਾਈਟ, ਇੱਥੇ ਆਪਾਂ। ਸੋ ਉਸ ਚੀਜ਼ ਕਰਕੇ ਨਾ ਜ਼ਰੂਰ ਜਿਹੜੀ ਪੜ੍ਹਾਈ ਆ ਉਹ ਜ਼ਰੂਰੀ ਆ, ਪੋਲੀਟਿਕਸ ਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ, ਬਿਕੋਜ਼ ਸਾਡਾ ਹੱਕ ਤਾਂ ਇੱਥੋਂ ਤਾਂ ਹੀ ਮਿਲ ਸਕਦਾ। ਅਤੇ ਇਸ ਟਾਈਮ
6 ਦਿਨ ਰਹਿ ਗਏ ਇਲੈਕਸ਼ਨ ਵਿੱਚ, ਮਾਰਚ 3 ਨੂੰ ਤੁਹਾਡਾ ਇਲੈਕਸ਼ਨ ਹੈ, 4 ਡਿਫਰੈਂਟ ਲੋਕੇਸ਼ਨਾਂ ਤੇ ਵੋਟ ਲੋਕੀ ਪਾ ਸਕਦੇ ਯੂਬਾ ਸਿਟੀ ਵਿੱਚ, ਸਾਨੂੰ ਉਹ ਡੀਟੇਲਸ ਹੁਣ ਦੱਸੋ ਜਿਨ੍ਹਾਂ ਨੇ ਵੋਟ ਇੱਥੇ ਪਾਣੀ ਹੈ ਅਗਲੇ ਹਫਤੇ, ਉਹਨਾਂ ਨੂੰ ਕੀ ਚੀਜ਼ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਇਸ ਬਾਰੇ? ਉਹਨਾਂ ਨੂੰ ਤਾਂ 4 ਲੋਕੇਸ਼ਨ ਆਪਣੇ ਕੋਲ, ਮੈਂ ਤੁਹਾਨੂੰ ਲਿਖ ਕੇ ਵੀ ਦਿੱਤੇ ਸੀਗੇ, ਮੈਂ ਬੋਲ ਵੀ ਦੇਣੇ ਆ, ਉਹ ਇੰਪੋਰਟੈਂਸ ਇਹ ਹੈਗੀ ਆ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਚੀਜ਼ ਦੀ ਲੋੜ ਆ ਜਾਂ ਕਿਸੇ ਕੋਲ ਰਾਈਡ ਵੀ ਹੈਨੀ ਆ, ਆਪਾਂ ਆਪਣੀ ਟੀਮ ਸਾਰੀ ਇੱਥੇ ਹੈਗੀ ਆ, ਸਾਰਿਆਂ ਕੋਲ ਮੈਂ ਟੈਲੀਫੋਨ ਬੋਲ ਵੀ ਦਿੰਦਾ ਆਪਣਾ, ਮੇਰਾ ਨੰਬਰ 5306825861, ਕੋਈ ਤਰ੍ਹਾਂ ਦੀ ਵੀ ਕਿਸੇ ਨੂੰ ਮਦਦ ਦੀ ਲੋੜ ਹੈ, ਜਿਹੜਾ ਕੋਈ ਨਹੀਂ ਵੀ ਪਹੁੰਚ ਸਕਦਾ, ਕੋਈ ਬਜ਼ੁਰਗ ਆ ਉਹ ਵੋਟ ਪਾਉਣੀ ਚਾਹੁੰਦਾ, ਆਪਣੇ ਕੋਲ ਪਈ ਆ, ਆਪਾਂ ਸਾਰਿਆਂ ਦੀ ਮਦਦ ਕਰਨ ਨੂੰ ਤਿਆਰ ਹਾਂ, ਸੋ ਸਾਡੀ ਟੀਮ ਜਿਹੜੀ ਹੈਗੀ ਆ ਸਾਰੀ ਉਹ ਅਵੇਲੇਬਲ ਆ, ਸੋ ਆਪਾਂ ਇਹ ਮਾਰਚ 3 ਨੂੰ ਸਵੇਰ ਦੇ 8 ਵਜੇ ਤੋਂ ਲਾ ਕੇ ਤਕਾਉਣ ਦੇ 8 ਵਜੇ ਤਾਈਂ ਇਹ ਕੰਮ ਕਰਨਾ ਸਾਰਿਆਂ ਨਾਲ, ਜਿਹੜੀ ਕੋਈ ਚੀਜ਼ ਦੀ ਕਿਸੇ ਵੀ ਸਾਨੂੰ 110% ਵੋਟਾਂ ਆਪਣੀ ਕਮਿਊਨਿਟੀ ਤਾਂ ਆਪਣੇ ਉਹਨਾਂ ਦੇ ਮਿੱਤਰ ਦੋਸਤ ਜਿੰਨੇ ਵੀ ਹੈਗੇ ਨਾਲ, ਉਹ ਸਾਰੀ ਸਾਨੂੰ ਵੋਟਸ ਦੀ ਲੋੜ ਆ, ਬਿਕੋਜ਼ ਤੁਹਾਡੀ ਇਕੱਲੀ ਇਕੱਲੀ ਵੋਟ ਜਿਹੜੀ ਹੈਗੀ ਆ ਉਹ ਮੀਨਿੰਗਫੁੱਲ ਆ, ਤਾਂ ਉਹ ਸਾਨੂੰ ਜ਼ਰੂਰੀ ਆ। ਰਾਈਟ, ਐਂਡ ਮੈਂ ਲੋਕਾਂ ਨੂੰ, ਆਡੀਅੰਸ ਨੂੰ ਇਹ ਵੀ ਦੱਸਣਾ ਚਾਹਾਂਗੀ ਕਿ ਅਨਲਾਈਕ ਅ ਫੈਡਰਲ ਇਲੈਕਸ਼ਨ ਜੋ ਇਸ ਸਾਲ ਹੋਣ ਜਾ ਰਿਹਾ ਹੈ, ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਜਿਹਦੇ 'ਚ ਕਿੰਨਾ ਵੱਡਾ ਮਾਰਜਨ ਹੁੰਦਾ ਹੈ ਇੱਕ ਕੈਂਡੀਡੇਟ ਦੀ ਜੀਤ ਜਾਂ ਹਾਰ ਵਿੱਚ, ਇਸ ਤਰ੍ਹਾਂ ਦੇ ਲੋਕਲ ਇਲੈਕਸ਼ਨ ਵਿੱਚ ਸੱਚੀ ਵਿੱਚ ਇੱਕ ਇੱਕ ਵੋਟ ਕਾਊਂਟ ਕਰਦੀ ਹੈ, ਬਿਕੋਜ਼ ਇਟਸ ਅ ਸਮਾਲਰ ਕਮਿਊਨਿਟੀ, ਇਟਸ ਅ ਸਮਾਲਰ ਇਲੈਕਸ਼ਨ, ਸੋ ਜੋ ਲੋਕ ਕਹਿੰਦੇ ਕਿ ਮੇਰੀ ਇੱਕ ਵੋਟ ਦਾ ਕੋਈ ਫਾਇਦਾ ਹੀ ਨਹੀਂ, ਉਹ ਬਿਲਕੁਲ ਗਲਤ ਹੈ ਵੈਨ ਇਟ ਕਮਸ ਟੂ ਦਿਸ ਕਾਈਂਡ ਆਫ ਇਲੈਕਸ਼ਨ। ਸਪੈਸ਼ਲੀ ਤੌਰ 'ਤੇ ਜਦੋਂ 3 ਬੰਦੇ ਖੜ੍ਹੇ ਆ, ਉਹ ਤੁਹਾਨੂੰ ਮੈਂ ਦੱਸਣਾ ਚਾਹੁੰਦਾ, 50% ਵੋਟ ਪਊਗੀ ਇੱਕ ਪਾਸੇ ਤਾਂ ਇੱਕ ਉੱਪਰ ਹੋਊਗੀ, ਉਹ ਇਲੈਕਸ਼ਨ ਜਿੱਤਦਾ ਆ। ਜੇ 2 ਕੈਂਡੀਡੇਟ ਰਹਿ ਜਾਂਦੇ ਮਗਰੋਂ ਨਹੀਂ, 50% ਵੋਟ ਨਹੀਂ ਪੈਂਦੀ ਉਹਨਾਂ ਨੂੰ, ਉਹਨਾਂ ਨੂੰ ਮੁੜ ਕੇ ਨਵੰਬਰ ਦੇ ਵਿੱਚ ਫਿਰ ਰਨ ਆਫ ਹੋਣਾ ਕਰਨਾ ਪੈਣਾ। ਸੋ ਆਪਾਂ ਇਹੀ ਚਾਹੁੰਦੇ ਹਾਂ ਵੀ ਤੁਸੀਂ ਮਦਦ ਕਰੋ, ਆਹ ਟਾਈਮ ਜਿਹੜਾ ਹੈਗਾ ਆਪਾਂ ਮਾਰਚ ਦੇ ਵਿੱਚ ਇਲੈਕਸ਼ਨ ਜਿੱਤ ਲਈਏ। ਸੋ ਤੁਹਾਨੂੰ ਸਾਰਿਆਂ ਨੂੰ ਵੋਟ ਕਰਨ ਦੀ ਜ਼ਰੂਰਤ ਲੋੜ ਆ। ਅਤੇ ਕਿਸੇ ਵੀ ਜਾਣਕਾਰੀ ਲਈ ਤੁਸੀਂ ਸਟਰ ਕਾਊਂਟੀ ਦੀ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ, ਤੁਸੀਂ ਸਰ ਪਿਆਰੋ ਨੂੰ ਡਾਇਰੈਕਟਲੀ ਫੋਨ ਕਰ ਸਕਦੇ ਹੋ, ਤੁਸੀਂ ਸਾਨੂੰ ਵੀ ਲਿਖ ਸਕਦੇ ਹੋ info@justbroadcasting.com, ashmita@justbroadcasting.com। ਮੈਂ ਜਿੱਦਾਂ ਤੁਹਾਨੂੰ ਦੱਸਿਆ ਸੀ ਆਪਾਂ ਪਹੁੰਚੇ ਹਾਂ ਇੱਥੇ, ਫੰਡ ਰੇਜ਼ਰ ਰੱਖਿਆ, ਪੂਰੀ ਇਵੈਂਟ ਚੱਲ ਰਹੀ ਹੈ, ਲਾਈਵ ਆਡੀਅੰਸ ਸਾਡੇ ਨਾਲ ਜੁੜੀ ਹੋਈ ਹੈ, ਅਤੇ ਸੁਣਦੇ ਹਾਂ ਸਰ ਪਿਆਰਾ ਦੀ ਐਡਰੈਸ ਲਾਈਵ ਆਡੀਅੰਸ ਲਈ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਤੁਹਾਡਾ ਹਰਮਨ ਪਿਆਰਾ ਪ੍ਰੋਗਰਾਮ। ਅੱਜ ਦਾ ਮੁੱਦਾ ਤੇ ਆਪਾਂ ਪਹੁੰਚੇ ਹਾਂ ਯੂਬਾ ਸਿਟੀ ਕੈਲੀਫੋਰਨੀਆ ਵਿੱਚ, ਇੱਥੇ ਸੁਪਰਵਾਈਜ਼ਰ ਦੇ ਇਲੈਕਸ਼ਨਸ ਜਾਰੀ ਹਨ, ਡਿਸਟ੍ਰਿਕਟ 5 ਲਈ ਖੜ੍ਹੇ ਹੋਏ ਹਨ ਸਰਬ ਤਿਆਰਾ, ਅਤੇ ਮੇਰੇ ਨਾਲ ਹੁਣ ਤਜਿੰਦਰ ਦੋਸਾਂਝ ਜੀ ਮੌਜੂਦ ਹਨ। ਦੋਸਾਂਝ ਜੀ, ਤੁਸੀਂ ਆਪਣੀ ਸਪੋਰਟ, ਆਪਣੀ ਵੋਟ ਤਿਆਰਾ ਜੀ ਪਿੱਛੇ ਪਾਈ ਹੈ, ਸਾਨੂੰ ਦੱਸੋ ਇਹਦਾ ਕਾਰਨ। ਹਾਂਜੀ, ਮੈਂ ਸਾਰੇ ਆਉਣ ਵਾਲੇ ਸਰੋਤਿਆਂ ਦਾ ਬੜਾ ਧੰਨਵਾਦ ਕਰਦਾ। ਅੱਜ ਦੀ ਸ਼ਾਮ ਅਸੀਂ ਸਰਬਜੀਤ ਸਿੰਘ ਥਿਆੜਾ, ਜਿਹਨੂੰ ਆਪਾਂ ਸਰਬ ਥਿਆੜਾ ਕਹਿੰਦੇ ਹਾਂ, ਉਹ ਡਿਸਟ੍ਰਿਕਟ 5 ਦੇ ਵਿੱਚ ਸੁਪਰਵਾਈਜ਼ਰ ਦੇ ਕੈਂਡੀਡੇਟ ਆ। ਜੋ ਅਸੀਂ ਘਰ ਘਰ ਜਾ ਕੇ ਦੇਖਿਆ, ਸਾਡੀ ਸਾਰੀ ਕਮਿਊਨਿਟੀ ਇਕੱਠੀ ਆ, ਤਕਰੀਬਨ ਡਿਸਟ੍ਰਿਕਟ 5 ਦੇ ਵਿੱਚ 1300 ਤੋਂ 1400 ਵੋਟ ਸਾਡੇ ਪੰਜਾਬੀਆਂ ਦੀ ਆ, ਇੰਡੀਅਨ ਕਮਿਊਨਿਟੀ ਦੀ ਆ। ਅਸੀਂ ਘਰ ਘਰ ਗਏ ਹਾਂ, ਸਰਬ ਘਰ ਘਰ ਜਾਂਦਾ ਪਰਿਵਾਰ ਦੇ ਤੌਰ 'ਤੇ, ਇਹਨਾਂ ਸਾਰਾ ਪਰਿਵਾਰ ਹਰ ਰੋਜ਼ ਉਸ ਆਪਣੇ ਡਿਸਟ੍ਰਿਕਟ ਦੇ ਵਿੱਚ ਘੁੰਮਦੇ ਆ, ਸਾਰੇ ਹੀ ਬਹੁਤ ਵੱਡੀ ਸਪੋਰਟ ਕਰ ਰਹੇ ਆ। ਐਜ਼ ਏ ਕਮਿਊਨਿਟੀ ਅਸੀਂ ਸਰਬ ਦੇ ਨਾਲ ਹਾਂ। ਮੈਂ ਇਹੀ ਆਸ ਕਰਦਾ ਕਿ ਆਪਾਂ ਵੀ ਸਾਰੇ ਰਲ ਕੇ ਜਿੰਨੇ ਵੀ ਹੈਗੇ ਹਾਂ, ਆਪਾਂ ਜੋ ਸਾਡੇ ਰਿਸ਼ਤੇਦਾਰ ਜਾਂ ਜੋ ਵੀ ਕੋਈ ਡਿਸਟ੍ਰਿਕਟ 5 ਦੇ ਵਿੱਚ ਰਹਿੰਦੇ ਆ, ਆਪਾਂ ਉਹਨਾਂ ਨੂੰ ਗੱਲਾਂ ਕਰੀਏ, ਉਹਨਾਂ ਨੂੰ ਸਹਿਯੋਗ ਦੇਈਏ। ਅੱਜ ਅਸੀਂ ਦੇਖਿਆ, ਅਸੀਂ ਡੋਰ ਟੂ ਡੋਰ ਜਾਂਦੇ ਸੀ, ਅਜੇ ਵੀ ਕਈ ਪਰਿਵਾਰਾਂ ਨੇ ਜਿਹੜੀ ਐਬਸੈਂਟੀ ਬੈਲਟ ਆ ਉਹ ਘਰਾਂ ਵਿੱਚ ਰੱਖੀਆਂ ਆ। ਮੈਂ ਨਿਮਰਤਾ ਸਾਹਿਬ ਬੇਨਤੀ ਕਰਦਾ ਕਿ ਜਿਹੜੀ ਐਬਸੈਂਟੀ ਬੈਲਟ ਆ ਉਹਨੂੰ ਕੋਸ਼ਿਸ਼ ਕਰੋ ਕੱਲ੍ਹ ਦੀ ਮੇਲ ਦੇ ਵਿੱਚ ਪਾਓ, ਜੇ ਨਹੀਂ ਤਾਂ ਜੋ ਵੋਟਰ ਰਜਿਸਟਰੇਸ਼ਨ ਆਫਿਸ ਆ ਜਾਂ ਇਲੈਕਸ਼ਨ ਆਫਿਸ ਆ ਉੱਥੇ ਜਾ ਕੇ ਦੇ ਕੇ ਆਓ, ਤਾਂ ਕਿ ਤੁਹਾਡੀ ਵੋਟ ਦਾ ਸਹੀ ਇਸਤੇਮਾਲ ਹੋ ਸਕੇ। ਕਈ ਵਾਰ ਸਾਨੂੰ ਹੁੰਦਾ ਕਿ ਇੱਕ ਵੋਟ ਨਾਲ ਕੀ ਫਰਕ ਪੈਣਾ, ਇਹ ਡੈਮੋਕ੍ਰੇਸੀ ਆ। ਕਈ ਵਾਰੀ 10 ਵੋਟ 'ਤੇ 5 ਵੋਟ 'ਤੇ ਕੈਂਡੀਡੇਟ ਜਿੱਤ ਸਕਦਾ, ਕੈਂਡੀਡੇਟ ਹਾਰ ਸਕਦਾ। ਸਰਬ ਥਿਆੜਾ ਇੱਕ ਉਹ ਇਨਸਾਨ ਆ ਜਿਸ ਕੰਮ ਨੂੰ ਇਹ ਪਿਆ, ਚਾਹੇ ਉਹ ਕਮਿਊਨਿਟੀ ਦਾ ਕੋਈ ਵੀ ਕੰਮ ਸੀ, ਚਾਹੇ ਖੇਡਾਂ ਸੀ, ਚਾਹੇ ਕੋਈ ਸੋਸ਼ਲ ਕੰਮ ਸੀ, ਇਨ ਕਰਕੇ ਹਟਿਆ। ਗੁਰੂ ਘਰ ਦੇ ਵਿੱਚ ਪੂਰੀ ਇਨਵੋਲਵਮੈਂਟ ਆ, ਜਿੰਨਾ ਕੰਮ 4 ਸਾਲਾਂ 'ਚ ਗੁਰੂ ਘਰ 'ਚ ਇਸ ਸੱਜਣ ਨੇ ਕੀਤਾ, ਮੇਰਾ ਨਹੀਂ ਖਿਆਲ ਕਿਸੇ ਤੋਂ ਹੋਇਆ ਹੋਣਾ। ਮੈਂ ਪੂਰੀ ਆਸ ਕਰਦਾ ਕਿ ਆਪਾਂ ਸਾਰੀ ਕਮਿਊਨਿਟੀ, ਚਾਹੇ ਸਾਡੇ ਛੋਟੇ ਮੋਟੇ ਕੋਈ ਗਿੱਲੇ ਸ਼ਿਕਵੇ ਵੀ ਆ, ਅੱਜ ਇਹ ਸਭ ਕੁਝ ਭੁੱਲ ਕੇ ਡਿਸਟ੍ਰਿਕਟ 5 ਦੇ ਵਿੱਚ ਸਰਬ ਥਿਆੜਾ ਦੀ ਮਦਦ ਕਰੀਏ, ਤਾਂ ਕਿ ਸਾਡਾ ਇਹ ਯੰਗ ਮੈਨ ਉੱਥੇ ਜਾ ਕੇ ਸਾਨੂੰ ਰਿਪ੍ਰੈਜੈਂਟ ਕਰ ਸਕੇ।
ਇਹ ਮੇਰੀ ਹੱਥ ਬੰਨ ਕੇ ਬੇਨਤੀ ਆ ਇਹਨੂੰ ਇਹ 'ਤੇ ਗੌਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿਆਰਾ ਜੀ, ਤਜਿੰਦਰ ਦੋਸਾਂਝ ਵਾਂਗੂ ਇੰਡੀਵਿਜੁਅਲ ਦੀ ਸਪੋਰਟ ਤੁਹਾਡੇ ਲਈ ਕਿੰਨੀ ਮਾਇਨੇ ਰੱਖਦੀ ਹੈ? ਤਜਿੰਦਰ ਇਕੱਲੇ ਦੀ ਨਹੀਂ, ਮੈਨੂੰ ਸਾਰਿਆਂ ਦੀ ਸਪੋਰਟ ਜਿਹੜੀ ਆ ਮਾਇਨੇ ਰੱਖਦੀ ਆ। ਇਹ ਜਿਹੜੀ ਇਕੱਲੇ ਇਕੱਲੇ ਦੀ ਸਪੋਰਟ ਬਣ ਕੇ ਉਹ ਇੱਕ ਬਹੁਤ ਬੜੀ ਸਪੋਰਟ ਬਣ ਜਾਂਦੀ ਹੈ। ਸੋ ਇਕੱਲਾ ਇਕੱਲਾ ਬੰਦਾ ਜੁੜ ਕੇ ਨਾਲ ਆਪਾਂ ਬਹੁਤ ਬੜੀ ਸਪੋਰਟ ਕਰ ਸਕਦੇ ਹਾਂ। ਸੋ ਜਿੱਦਾਂ ਤਜਿੰਦਰ ਸਪੋਰਟ ਕਰ ਰਿਹਾ, ਬਾਕੀ ਇਹਦੀ ਸਾਰੀ ਟੀਮ, ਜਿੰਨੀ ਸਾਡੀ ਟੀਮ, ਬਾਕੀ ਜਿੰਨੇ ਮੁੰਡਿਆਂ ਦੀ ਹੈਗੀ ਉਹ ਸਪੋਰਟ ਕਰ ਰਹੀ ਹੈ। ਇੱਦਾਂ ਹੀ ਸਾਨੂੰ ਸਪੋਰਟ ਦੀ ਲੋੜ ਆ, ਬਿਕੋਜ਼ ਦਿਨ ਹੈਗੇ ਥੋੜ੍ਹੇ ਆ। ਸੋ ਜਿਹਨੂੰ ਵੀ ਕਿਸੇ ਦੀ, ਮੈਂ ਪਹਿਲਾਂ ਵੀ ਕਹਿ ਚੁੱਕਿਆ, ਕੋਈ ਚੀਜ਼ ਦੀ ਲੋੜ ਆ, ਸਾਨੂੰ ਸਾਰਿਆਂ ਨੂੰ ਕੰਟੈਕਟ ਕਰ ਸਕਦੀ ਆ, ਤਾਂ ਅਸੀਂ ਉਹ ਉੱਥੇ ਪਹੁੰਚਾਂਗੇ ਤਾਂ ਉਹਨਾਂ ਦੀ ਮਦਦ ਕਰਾਂਗੇ। ਤੁਹਾਡਾ ਨੰਬਰ ਇੱਕ ਵਾਰੀ ਫਿਰ ਆਡੀਅੰਸ ਲਈ। 530-682-5861 ਜੀ। ਅਤੇ ਇਲੈਕਸ਼ਨਸ ਮਾਰਚ 3 ਨੂੰ ਹੈਗੇ, ਨੈਕਸਟ ਟਿਊਜ਼ਡੇ। ਤੁਹਾਡੇ ਕੋਲ ਕੋਈ ਕੁਐਸਚਨਸ ਹਨ ਇਸ ਚੀਜ਼ ਬਾਰੇ, ਤੁਸੀਂ ਕੰਟੈਕਟ ਕਰ ਸਕਦੇ ਹੋ ਸਰ ਤਿਆਰਾ ਜੀ ਨੂੰ। ਅਤੇ ਹੋਰ ਵੀ ਸਾਡੇ ਨਾਲ ਇਸ ਵੇਲੇ ਆਡੀਅੰਸ ਵਿੱਚ ਇਹਨਾਂ ਦੇ ਸਪੋਰਟਰਸ ਜੁੜੇ ਹਨ। ਯੈਸ, ਰਣਜੀਤ ਜਾਵੜ, ਸਤਿ ਸ਼੍ਰੀ ਅਕਾਲ ਜੀ ਰਣਜੀਤ ਜੀ। ਅਤੇ ਸਾਡੀ ਆਡੀਅੰਸ ਨੂੰ ਦੱਸੋ, ਤੁਸੀਂ ਆਪਣੀ ਵੋਟ ਤਿਆਰਾ ਜੀ ਪਿੱਛੇ ਕਿਉਂ ਪਾਈ ਹੈ? Hello everybody, thank you for all coming. Just like talk a little bit about SARB. SARB and I have known each other for more than 45 years. And I can tell you, I've served with SARB not only in high school as a friend and his and one of his student aid teachers, but we served on the Peach Association board, and we attended Washington D.C. to lobby for money, and we were successful. SARB has always been a very caring man with his community. He's always been successful and concerned about well-being of other people. I urge all of you to vote for SARB on Tuesday, March 3rd, because he is who we need to represent us in this county. And again, March 3rd, all of you in his district must vote for SARB, because he is going to make the change that we need. Thank you very much. Thank you so much for your time. ਇਹਦੇ ਲਈ ਇੱਥੇ ਰੁਕਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਵਾਗਤ ਹੈ, ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ। ਤੇ ਪਹੁੰਚੇ ਆਪਾਂ ਯੂਬਾ ਸਿਟੀ ਕੈਲੀਫੋਰਨੀਆ ਵਿੱਚ, ਜਿੱਥੇ ਲੋਕਲ ਇਲੈਕਸ਼ਨਸ ਜਾਰੀ ਹਨ। ਸੁਪਰਵਾਈਜ਼ਰ ਦੀ ਸੀਟ ਲਈ ਡਿਸਟ੍ਰਿਕਟ 5 ਵਿੱਚ ਖੜੇ ਹੋਏ ਹਨ ਸਰਬ ਤਿਆਰਾ ਤੇ ਇੱਥੇ ਦੇ ਲੋਕਲ ਬਿਜ਼ਨਸਮੈਨ ਐਂਡ ਡਿਵੈਲਪਰ ਮਿਸਟਰ ਕਰਮਨਜੀਤ ਟੱਕਰ ਸਾਡੇ ਨਾਲ ਸ਼ੇਅਰ ਕਰਦੇ ਆਪਣੇ ਵਿਊਜ਼। ਦੱਸੋ ਜੀ। ਗੁੱਡ ਈਵਨਿੰਗ। I think first and foremost, I think we have to thank the SARB family for hosting this very great event. But, you know, I think I wanted to share maybe a personal experience on the evolution of SARB's campaign. SARB, instead of calling me, sent me a text message and said that he's running for supervisor. And I had to pull over as I was driving in my car, and I had to think about it. And I said, SARB, why are you doing that? I didn't talk to him personally, but I just said that to myself. I said, SARB, you are a significant stakeholder in your district. By you actually running for supervisor, you're actually minimizing your opportunities. And then I drove off and thought about it a little bit more. And then finally I called SARB. I said, SARB, are you serious about this? And he said, yes. So again, as a businessman, and SARB being a businessman, really, for him to run as supervisor, he's actually hurting himself. Yes. Because he has to recuse himself for any potential opportunity that exists for him personally. And I told him that. I said, SARB, what are you doing, brother? And SARB actually, he said, I want to serve. And then I said, all right. And then I thought about it some more. And I said, you know what? I think SARB's doing this not for personal reasons. SARB is doing this to serve the community. Because obviously, you look at all the evidence dictates that he's better off not to run if he was trying to serve himself. Mm-hmm. Okay? So we talked a little bit further. And then I had to think personally, how do I feel about this? You know, because as everybody who's here this evening has a personal choice. We have all actually supported numerous candidates. We have written a lot of checks over the years, right? And every time we have written that check, we've had someone who has said, I'm gonna do this.
And a lot of times it was people with credibility and people who have had a track record. But then I had to look back and say, wow, I can't even think about one time when Sarb said that he's going to do something that he didn't do it. Sometimes it maybe took a little bit longer than he had anticipated. However, I mean, anybody in this room, I'm sure he's told each and every one of you that he was going to do X, Y, or Z. And I'd be hard-pressed to see anybody who said that he didn't do it. So anyway, so it's my honor to support my brother Sarb here, and we appreciate all your presence here. Thank you very much. Thank you so much. Thank you. Appreciate your feedback. Thank you, Sarb. Yeah, thank you. ਸਰਜੀ ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਰਹਿ ਗਿਆ ਇੱਕ ਹੋਰ ਆਡੀਅੰਸ ਮੈਂਬਰ ਤੁਹਾਡੇ ਸਪੋਰਟਰ ਨਾਲ ਸੁਣਦੇ ਆ ਹਾਂਜੀ ਤੁਹਾਡੀ ਤੁਹਾਡਾ ਪੂਰਾ ਨਾਮ ਮੇਰਾ ਨਾਮ ਅਜੈਬ ਸਿੰਘ ਟੱਡੇ ਆ ਜੀ ਤੇ ਦੱਸੋ ਸਾਡੀ ਆਡੀਅੰਸ ਨੂੰ ਜੋ ਇਸ ਵੇਲੇ ਯੂਬਾ ਸਿਟੀ ਇਸ ਇਲੈਕਸ਼ਨ ਵਿੱਚ ਵੋਟ ਪਾ ਸਕਦੇ ਕਿਉਂ ਇਹਨਾਂ ਨੂੰ ਸਰਬ ਤਿਆਰੇ ਲਈ ਵੋਟ ਪਾਣੀ ਚਾਹੀਦੀ ਹੈ ਸਾਰਬ ਆਪਣੇ ਆਪ ਲਈ ਨਹੀਂ ਸੋਚਦਾ ਇਹ ਕਮਿਊਨਿਟੀ ਲਈ ਸੋਚਦਾ ਆ ਮੈਂ ਸਾਰਬ ਨੂੰ ਕਈ ਚਿਰ ਦਾ ਜਾਣਦਾ ਹਾਂ ਤਾਂ ਇਹ ਸਾਰਿਆਂ ਦੇ ਨਾਲ ਯੂ ਨੋ ਰੱਖਦਾ ਆ ਸਾਰਿਆਂ ਦੇ ਨਾਲ ਠੀਕ ਰਹਿੰਦਾ ਆ ਐਂਡ ਹੀ ਇਜ਼ ਵਿਦ ਐਵਰੀਬਡੀ ਐਂਡ ਹੀ ਇਜ਼ ਨੋਟ ਫੋਰ ਹਿਮਸੈਲਫ ਹੀ ਇਜ਼ ਆਲਵੇਜ਼ ਥਿੰਕਿੰਗ ਔਨ ਦਾ ਲੋਂਗ ਰਨ ਹੀ ਇਜ਼ ਨੋਟ ਥਿੰਕਿੰਗ ਔਨ ਦਾ ਸ਼ਾਰਟ ਰੇਂਜ ਆਪਣੀ ਫੋਰ ਸਰ ਕਾਉਂਟੀ ਹੀ ਇਜ਼ ਗੋਨਾ ਬੀ ਥਿੰਕਿੰਗ ਅਬਾਊਟ ਦਾ ਕਾਉਂਟੀ ਨੋਟ ਜਸਟ ਹਿਮਸੈਲਫ ਐਂਡ ਦੈਟਸ ਵਾਈ ਆਈ ਥਿੰਕ ਐਵਰੀਬਡੀ ਸ਼ੁਡ ਗੈਟ ਟੁਗੈਦਰ ਐਂਡ ਸਪੋਰਟ ਸਾਰਬ ਔਨ ਮਾਰਚ 3rd ਹਾਂਜੀ ਹੈਲੋ ਮੇਰਾ ਨਾਮ ਨਾਰ ਸਿੰਘ ਹੀਰ ਹੈ ਜੋ ਕਿ ਸਰਬਜੀਤ ਸਿੰਘ ਦਾ ਫਰਸਟ ਕਜ਼ਨ ਆਈ ਸਪੋਰਟ ਸਰਬ ਹਾਰਟਲੀ ਬਿਕਾਜ਼ ਹੀ ਕੈਨ ਗੈਟ ਥਿੰਗਸ ਡਨ ਐਂਡ ਯੂ ਨੋ ਵਾਟ ਇਫ ਸਮਬਡੀ ਸੇਜ਼ ਨੋ ਟੂ ਸਰਬ ਸਰਬ ਵਿਲ ਮੇਕ ਥਿੰਗਸ ਹੈਪਨ ਸਰਬਜ਼ ਅ ਗ੍ਰੇਟ ਮੈਨ ਹੂ ਕੈਨ ਮੇਕ ਥਿੰਗਸ ਹੈਪਨ ਐਂਡ ਆਈ ਫਾਲੋ ਹਿਸ ਲੀਡ ਥੈਂਕ ਯੂ ਵੈਰੀ ਮੱਚ ਥੈਂਕ ਯੂ ਫੋਰ ਯੂਰ ਟਾਈਮ ਇਹਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੋ ਰਿਹਾ ਸਮਾਂ ਸਾਡੇ ਕੋਲ ਬਿਲਕੁਲ ਨਹੀਂ ਰਹਿ ਗਿਆ ਸਰਬ ਤਿਆਰਾ ਇੱਕ ਵਾਰੀ ਹੋਰ ਰਿਮਾਇੰਡ ਕਰਾਓ ਆਡੀਅੰਸ ਨੂੰ ਅਗਰ ਉਹ ਇਸ ਕਾਉਂਟੀ ਵਿੱਚ ਰਹਿੰਦੇ ਵੋਟ ਪਾ ਸਕਦੇ ਵਟ ਦੇ ਨੀਡ ਟੂ ਡੂ ਐਂਡ ਵੈਨ ਦੇ ਨੀਡ ਟੂ ਡੂ ਇਟ ਦੇਖੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਪ੍ਰੋਗਰਾਮ ਸੁਣਨ ਦਾ ਤਾਂ ਮੈਂ ਇਹ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦੇ ਮਾਰਚ 3 ਨੂੰ ਤੁਸੀਂ ਆਪਣੀ ਵੋਟ ਜਿਹੜੀ ਆ ਜੇ ਤੁਹਾਡੇ ਕੋਲ ਨਹੀਂ ਪਾਈ ਹਾਲੇ ਤਾਂ ਜ਼ਰੂਰ ਸਾਨੂੰ ਪਾਓ ਪਾ ਕੇ ਆਪਣਾ ਜਿਹੜਾ ਹੈਗਾ ਹੱਕ ਆ ਹੱਕ ਜਮਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਪ੍ਰੋਗਰਾਮ ਸੁਣਨ ਦਾ ਬਾਕੀ ਤਜਿੰਦਰ ਰਿਕੁਐਸਟ ਵੈਲ ਵਨ ਮੋਰ ਟਾਈਮ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਭਈ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਹੋਰ ਵੀ ਸੱਜਣ ਮਿੱਤਰ ਡਿਸਟ੍ਰਿਕਟ 5 ਵਿੱਚ ਰਹਿੰਦੇ ਆ ਦਿਨ ਬਹੁਤ ਥੋੜ੍ਹੇ ਰਹਿ ਗਏ ਆ ਦਿਨ ਰਾਤ ਇੱਕ ਕਰ ਦਿਓ ਆਪਾਂ ਸਾਰਿਆਂ ਨੇ ਸੁਣ ਲਿਆ ਸਰਬ ਸਾਡੇ ਲਈ ਕੀ ਕਰ ਸਕਦਾ ਦੈਟਸ ਦ ਟਰੂਥ ਸੋ ਰਲ ਮਿਲ ਕੇ ਆਪਾਂ ਜੇ ਕੋਈ ਐਬਸੈਂਟੀ ਬੈਲਟ ਆ ਉਹ ਆਪਣੇ ਘਰਾਂ 'ਚ ਨਾ ਰੱਖਣ ਉਹ ਪਾਉਣ ਅਤੇ 3 ਮਾਰਚ ਨੂੰ 8 ਤੋਂ ਲੈ ਕੇ ਰਾਤ ਦੇ 8 ਵਜੇ 'ਤੇ ਵੋਟਿੰਗ ਪੈਣੀ ਆ ਜਿੱਥੇ ਜਿੱਥੇ ਵੀ ਵੋਟਿੰਗ ਏਰੀਆ ਹੈਗਾ ਤੁਹਾਡਾ ਘਰਾਂ ਦੇ ਵਿੱਚ ਆਪਾਂ ਨੂੰ ਉਹ ਪੇਪਰ ਆ ਚੁੱਕੇ ਆ ਅਤੇ ਜੇ ਕਿਸੇ ਨੂੰ ਰਾਈਟ ਚਾਹੀਦੀ ਆ ਉਹ ਵੀ ਕਾਲ ਕਰ ਸਕਦਾ ਉਹਨੂੰ ਰਾਈਟ ਵੀ ਦਿੱਤੀ ਜਾਊਗੀ ਰਲ ਮਿਲ ਕੇ ਆਓ ਇਸ ਕੈਂਡੀਡੇਟ ਨੂੰ ਕਾਮਯਾਬ ਕਰੀਏ ਇਹੀ ਰਿਕੁਐਸਟ ਆ ਤੁਹਾਡਾ ਇੱਥੇ ਆਉਣ 'ਤੇ ਜਿਹੜਾ ਪਰਿਵਾਰ ਵੱਲੋਂ ਸਾਰੇ ਮਿੱਤਰਾਂ ਦੋਸਤਾਂ ਨੂੰ ਤੁਹਾਡਾ ਬਹੁਤ ਹੀ ਧੰਨਵਾਦ ਅਤੇ ਜੋ ਕੋਈ ਮੇਰੇ ਵੀਰ ਨੇ ਭੈਣ ਨੇ ਡਿਨਰ ਨਹੀਂ ਖਾਧਾ ਡਿਨਰ ਖਾਓ ਜੇ ਕੋਈ ਡਰਿੰਕ ਲੈਣਾ ਚਾਹੁੰਦਾ ਡਰਿੰਕ ਲਓ ਤੁਹਾਡਾ ਫਿਰ ਇੱਕ ਵਾਰੀ ਬਹੁਤ ਹੀ ਧੰਨਵਾਦ ਗਿਵ ਏ ਬਿਗ ਰਾਊਂਡ ਆਫ ਅਪਲਾਜ਼ ਫੋਰ ਸਰਬ ਥਿਆਲਾ ਐਂਡ ਆਈ ਆਲਸੋ ਵਾਂਟ ਟੂ ਥੈਂਕ ਜਸਟ ਟੀਵੀ ਅਗੇਨ ਫੋਰ ਕਮਿੰਗ ਆਊਟ ਹੇਅਰ ਐਂਡ ਮੈਡਮ ਪਿਨੀ ਇਜ਼ ਹੇਅਰ ਟੂ ਫਰੋਮ ਨਿਊਯਾਰਕ ਫੋਰ ਦਿਸ ਐਂਡ ਹਰ ਡਾਟਰ ਇਜ਼ ਹੇਅਰ ਐਵਰੀਬਡੀ ਦ ਹੋਲ ਟੀਮ ਜੱਗੀ ਇਜ਼ ਹੇਅਰ and the media coordinator in the back everybody's here and also everybody in New York and I know they're probably just saying what the hell these guys doing but thank you very much I really appreciate it ਇਹਨਾਂ ਲਈ ਸਾਡਾ ਪ੍ਰੋਗਰਾਮ ਸਮਾਪਤ ਹੁੰਦਾ ਹੈ ਥੈਂਕ ਯੂ ਫॉर ਵਾਚਿੰਗ ਐਂਡ ਰਿਮੈਂਬਰ ਕਿ ਤੁਹਾਡੀ ਇੱਕ ਇੱਕ ਵੋਟ ਮੈਟਰ ਕਰਦੀ ਹੈ ਇਟਸ ਨਾਟ ਇਨਫ ਕਿ ਵੋਟ ਪਾਣੀ ਚਾਹੀਦੀ ਬਟ ਸਹੀ ਕੈਂਡੀਡੇਟ ਲਈ ਵੋਟ ਪਾਣੀ ਚਾਹੀਦੀ ਤੁਸੀਂ ਆਪਣੇ ਕੈਂਡੀਡੇਟਸ ਬਾਰੇ ਜਾਣਕਾਰੀ ਪਾ ਸਕਦੇ ਹੋ ਸਾਨੂੰ ਪੁੱਛ ਸਕਦੇ ਹੋ ਅਗਰ ਤੁਹਾਡੇ ਕੋਲ ਕੋਈ ਸਵਾਲ ਹੈਗੇ ਹਮੇਸ਼ਾ ਸਾਡੀ ਲਾਈਨਾਂ ਤੁਹਾਡੇ ਲਈ ਖੁੱਲੀਆਂ info@justbroadcasting.com ashmita@justbroadcasting.com ਸਤਿ ਸ਼੍ਰੀ ਅਕਾਲ